ਨੀ ਮਿੱਤਰਾਂ ਦੀ ਨੂਣ ਦੀ ਡਲੀ, ਅਸੀਂ ਮਿਸ਼ਰੀ ਬਰੋਬਰ ਜਾਣੀ ਨੀ ਮਿੱਤਰਾਂ ਦੀ ਗੜਵੀ ਦਾ, ਮਿੱਠਾ ਸ਼ਰਬਤ ਵਰਗਾ ਪਾਣੀ ਨੀ ਮਿੱਤਰਾਂ ਦੀ ਨੂਣ ਦੀ ਡਲੀ। ਆਏ 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 ਜਾਗਰਾ, ਖਤ ਖੁਤ ਕੱਢ ਲੈ, ਹੁਣ ਤਾਂ ਤੇਰੇ ਘਰੇ ਖੁਸ਼ੀਆਂ ਆਉਣ ਵਾਲੀਆਂ ਨੇ ਜਾਗਰਾ, ਐਨ ਕੱਢ ਕੇ ਰੱਖ ਖਤ ਖੁੱਤਾਂ ਨੂੰ। ਆਏ ਹਾਏ ਹਾਏ ਲੈ ਜਾਗਰਾ, ਮੁਰਗਿਆਂ ਨੂੰ ਵੀ ਛੱਡ ਦੀਏ, ਧੁੱਪ ਸੇਕ ਲੈਣਗੇ ਇਹ ਵੀ 10 ਮਿੰਟ। ਆ ਜਾਓ ਬਾਈ, ਆ ਜਾਓ ਨੰਗਾ ਨੰਗਾ ਨੰਗਾ। ਆ ਜਾਓ ਲਓ ਵੀ ਤੁਸੀਂ ਵੀ ਮੌਜਾਂ, ਉਹਨੂੰ ਵੀ ਕੈਦ ਕਰਕੇ ਵੀ ਲਓ ਨਜ਼ਾਰੇ। ਕੌਣ ਨਾ ਪਤਾ ਨਹੀਂ ਹਾਲੇ ਤੱਕ ਕਾਤੋਂ ਨਹੀਂ ਆਈ, ਪਤਾ ਨਹੀਂ ਕੀ ਗੱਲ ਹੋ ਗਈ। ਜਾਗਰਾ ਤੂੰ ਤਾਂ ਖਤ ਖੁਤ ਕੱਢ ਕੇ ਤਿਆਰ ਹੋ ਬੈਠੇ ਨਾਲੇ, ਅੱਜ ਤਾਂ ਜਾਗਰਾ ਦਿਲ ਦੀ ਗੱਲ ਦੱਸਣੀ ਪਊ ਤੈਨੂੰ, ਕੁਛ ਮਰਜ਼ੀ ਹੋ ਜੇ। ਆ ਜਾ ਦਿਲ ਜਾ ਕਰਾ ਕਰਕੇ ਨਾ, ਕਿਵੇਂ ਮਰਜ਼ੀ ਕਰ ਜਾਗਰਾ, ਕਰ ਕੁਛ ਆਣ ਦੇ ਕੇ ਨਾ, ਮੈਂ ਹੀ ਉਹਦੀ ਵੇਟ ਜੀ ਬੈਠਿਆ, ਕਦੋਂ ਮਰਜ਼ੀ ਆ ਜੇ, ਆਊਗੀ ਤਾਂ ਹੈਗੀ, ਮੈਨੂੰ ਪੂਰਾ ਯਕੀਨ ਹੈ ਉਹਦਾ। ਆ ਖੁੱਡੇ ਨਾ ਬੜੀਓ, ਚੱਲ ਪਰਸੀਨੀਏ, ਛੱਜ ਤਾਂ ਦੇ ਦਿੱਤਾ ਜਾਗਰ ਕੋਲੇ, ਚੱਲ ਡੀਕਦਾ ਹੋਣਾ ਤੈਨੂੰ ਬੈਠਾ। ਲੈ ਜਾਗਰਾ ਇਹ ਤਾਂ ਨਿਬੜ ਗਿਆ, ਜਾਗਰਾ ਪਰਸੀਨੀ ਨਾ ਹੀ, ਮੈਂ ਤਾਂ ਬੈਠਾ ਬੈਠਾ ਹੀ ਬਸ ਹੀ ਹੋ ਗਿਆ। ਮੈਂ ਕਹਿੰਦਾ ਜਾਗਰਾ ਪਰਸੀਨੀ ਲੱਗਦੀ ਹੈ, ਜਾ ਖੋਲ ਗੇਟ ਜਾ ਕੇ। ਆ ਗਿਆ ਪਰਸੀਨੀ, ਆ ਗਿਆ ਪਰਸੀਨੀ, ਤੂੰ ਨੀ ਮਰਦੀ, ਮੈਂ ਤੈਨੂੰ ਵੀ ਲੱਗਦੀ ਯਾਦ ਕਰਨਾ। ਆ ਜਾ ਕਿਨਾ। ਉਹ ਸਰਦਾਰਾ ਰਸਤੇ ਚ ਕਿਸੇ ਦਾ ਛੱਜ ਫੜਾਉਣਾ ਸੀ, ਉਹ ਫੜਾਉਣ ਲੱਗ ਗਈ ਸੀ ਮੈਂ, ਤਾਂ ਕਰਕੇ ਲੇਟ ਹੋ ਗਈ। ਅੱਛਾ, ਅੱਗੇ ਤੋਂ ਧਿਆਨ ਨਾਲ ਆਇਆ ਕਰਾ, ਲੇਟ ਕਰਾ ਤਾਂ ਤੈਨੂੰ ਸਾਰੀ ਕੰਮ। ਕੰਮ ਤਾਂ ਮੈਂ ਹੁਣ ਕਰ ਦੇਣੇ ਆ। ਦੱਸ ਪਹਿਲਾਂ ਕਿਹੜਾ ਕੰਮ ਕਰਾਂ? ਪਰਸੀਨੀ ਤੈਨੂੰ 3-4 ਦਿਨ ਹੋ ਗਏ ਆਂਦੀ ਨੂੰ, ਤੈਨੂੰ ਕੰਮ ਦਾ ਪਤਾ ਹੀ ਹੋਇਆ ਕਿਹੜੇ ਕਿਹੜੇ ਕਰਨੇ ਨੇ। ਆ ਬਸ ਹੋਰ ਕੇ ਝਾੜੂ ਜਿਹਾ ਮਾਰ ਦੇ, ਭਾਂਡੇ ਧੋ ਦੇ। ਇਹਦਾ ਮੈਂ 2 ਮਿੰਟ ਚ ਕਰ ਦੇਣੇ ਆ ਕੰਮ। ਨਾਲੇ ਮੇਰੀ ਗੱਲ ਤਾਂ ਸੁਣ ਲੈ, ਗੱਲ ਗੁੱਲ ਮੈਂ ਬਾਅਦ ਚ ਸੁਣੂਗੀ, ਪਹਿਲਾਂ ਕੰਮ ਦਾ ਬਾਅਦ ਚ ਮੈਂ ਗੱਲ ਤਾਂ ਸੁਣ ਲੈ ਮੇਰੀ। ਇੰਨਾ ਟਾਈਮ ਨਹੀਂ ਹੈਗਾ ਮੇਰੇ ਕੋਲੇ। ਦੇਖ ਲੈ ਭੱਜੀ ਫਿਰਦੀ ਆ ਤੂੰ, ਟਕਾਈ ਨਾਲ ਕਰ ਲਈ ਕੰਮ ਤਾਂ, ਹੋਰ ਕੀ ਆ, ਕੰਮ ਤਾਂ ਨਿਬੜ ਜਾਣਗੇ, ਮੈਂ ਕਰਾ ਦੂੰ ਕੰਮ ਤੇਰੇ ਨਾਲ। ਨਾ ਮੈਂ ਆਪਣਾ ਕੰਮ ਕਰਕੇ ਜਾਣਾ, ਛੇਤੀ ਘਰੇ ਜਾ ਕੇ ਵੀ ਕੰਮ ਕਰਨੇ ਹੁੰਦੇ ਨੇ। ਸੁਣ ਲੈ ਪਰਸੀਨੀਏ, ਇਹ ਨਹੀਂ ਸੁਣਦੀ ਮੇਰੀ, ਹਜੇ ਮੇਰੇ ਕੋਈ ਟਾਈਮ ਨਹੀਂ ਜੇ ਤੇਰੀ ਗੱਲ ਸੁਣਨ ਦਾ। ਜਾਗਰਾ ਨਹੀਂ ਗੱਲ ਬਣਦੀ, ਦਿਲ ਜਾ ਕਰਾ ਕਰਕੇ ਭੁੱਕੀ ਦਾ ਕਾੜ ਲਾ, ਫਿਰ ਉਹਨੂੰ ਗੱਲ ਕਹੀ ਜਾਊਗੀ। ਐਂ ਤਾਂ ਗੱਲ ਹੀ ਨਹੀਂ ਸੁਣਦੀ ਮੇਰੀ, ਇਹ ਆਪਦੀ ਉੱਪਰ ਦੀ ਟਪਾਈਆਂ ਨੇ, ਕਦੇ ਇੱਦਾਂ ਦੀ ਪਾਉਂਦੀ ਹੈ, ਇੱਦਾਂ ਦੀ ਕੱਢ ਦਿੰਦੀ ਹੈ। ਚਲ ਜਾਗਰਾ ਕਾੜ ਲਾ ਗਿਆ, ਇਹ ਨਹੀਂ ਬਣਦੀ ਗੱਲ। ਲੈ ਜਾਗਰਾ, ਐਂ ਤਾਂ ਗੱਲ ਹੀ ਨਹੀਂ ਹੋਣੀ ਜਿੱਥੋਂ, ਮੈਨੂੰ ਪਤਾ ਤੇਰਾ ਦਿਲ ਛੋਟਾ ਹੈ, ਤਾਂ ਉਹ ਡਰ ਜਾਂਦਾ। ਕੱਢ ਪਟਾਰੀਏ ਚੋਂ, ਹੁਣ ਹੋ ਜਾਂਗੇ ਕੰਡੇ ਤੇ, ਫੇਰ ਹੀ ਗੱਲ ਹੋਊ ਜਾਗਰਾ, ਮੈਨੂੰ ਪਤਾ ਤੇਰਾ, ਤੇਥੋਂ ਗੱਲ ਕਿੱਥੇ ਹੁੰਦੀ ਐਵੇਂ, ਤੂੰ ਤਾਂ ਕੰਮੀ ਆ ਨਾ, ਡਰੀ ਜਾਂਦਾ ਤੂੰ, ਤੈਨੂੰ ਪਿਆਰ ਦੀ ਗੱਲ ਕਰਨੀ ਇਹਦੇ ਨਾਲ, ਇੰਨੀਆਂ ਗੱਠਾਂ ਦੇ ਰੱਖੀਆਂ ਨੇ। ਨਹੀਂ ਜਾਗਰਾ ਕੜ ਮੋਟਾ ਲਾ ਕੇ ਨਾ, ਪਸੀਨੇ ਨੂੰ ਅੱਜ ਦੱਸ ਦੇ ਕਿ ਤੈਨੂੰ ਜਾਗਰ ਬਾਹਲਾ ਪਿਆਰ ਕਰਦਾ, ਬਾਹਲਾ ਜ਼ਿਆਦੇ।
ਲੈ ਜਾਗਰਿਆਂ ਨੂੰ ਸਾਂਭ ਕੇ ਨਾ। ਆ ਪਈ ਹੈ ਮੇਰੀ ਬੇਬੇ ਦੀ ਆਖਰੀ ਨਿਸ਼ਾਨੀ। ਉਹਦਾ ਕਿੰਨਾ ਮਨ ਕਰਦਾ ਸੀ ਕਿ ਮੈਂ ਉਹਦੀ ਨੂੰਹ ਦੀ ਗਲ 'ਚ ਪਾਵਾਂ। ਕੋਈ ਨਾ ਬੇਬੇ, ਤੂੰ ਤਾਂ ਨਹੀਂ ਰਹੀ, ਅੱਜ ਮੈਂ ਤੇਰੀ ਰੀਝ ਮੈਂ ਪੂਰੀ ਕਰੂੰਗਾ। ਜੇ ਅੱਜ ਤੂੰ ਹੁੰਦੀ ਨਾ, ਤੇਰੇ ਖੁਸ਼ੀ ਨਾਲ ਧਰਤੀ ਦੇ ਪੈਰ ਨਹੀਂ ਲੱਗਣੇ ਤੇ। ਚੱਲ ਕੋਈ ਨਾ, ਰੱਬ ਕਿੱਥੇ ਲੱਗਦਾ ਉੱਥੇ ਰਹਿਣਾ ਪੈਂਦਾ ਬੇਬੇ। ਅੱਜ ਤੇਰੀ ਰੀਝ ਮੈਂ ਪੂਰੀ ਕਰੂੰਗਾ। ਪਰ ਜਾਗਰੇ ਨੂੰ ਗਿੱਜੇ 'ਚ ਅੱਜ ਦਾ ਕੋਈ ਕਰਮ ਵਾਲਾ ਦਿਨ ਚੜ੍ਹਾ, ਖੁਸ਼ੀ ਵਾਲਾ ਦਿਨ ਚੜ੍ਹਾ ਹੈਗਾ ਜਾਗਰਾ। ਨਹੀਂ ਪਰਸੀਨੀ, ਮੇਰੀ ਗੱਲ ਤਾਂ ਸੁਣ ਲੈ ਤੂੰ। ਜਾਗਰੇ, ਮੇਰੇ ਕੋਲੇ ਤੇਰੀ ਗੱਲ ਸੁਣਨ ਦਾ ਟਾਈਮ ਕੋਈ ਨਹੀਂ ਹੈਗਾ। ਕਾਹਤੋਂ ਨਹੀਂ ਟਾਈਮ ਹੈਗਾ, ਕੀ ਕਰੇਂਗੇ ਉਹਰਾ? ਹਜੇ ਮੈਂ ਸੰਨੀ ਕਰੂੰਗੀ, ਫਿਰ ਅਸੀਂ ਇੱਥੇ ਇੱਕ ਦੋ ਦਿਨ ਹੀ ਆ, ਅਸੀਂ ਚਲੇ ਜਾਵਾਂਗੇ ਇੱਥੋਂ। ਹਲੇ ਆਸ ਦਾ ਸਮਾਨ ਸੰਦਾ ਸਾਰਾ ਇਕੱਠਾ ਕਰਨਾ, ਪਿੰਡ ਚੋਂ ਵੀ ਜਿੱਥੋਂ ਕਿਸੇ ਤੋਂ ਪੈਸੇ ਪੂਸੇ ਲੈਣੇ ਆ ਉਹ ਵੀ ਲੈਣੇ ਆ, ਇੰਨਾ ਟਾਈਮ ਹੈ ਨਹੀਂ ਮੇਰੇ ਕੋਲੇ। ਚੱਲ ਕੋਈ ਨਾ, ਕੰਮ ਸੁਣੇ ਤਾਂ ਮੈਂ ਕਰ ਦੂੰ, ਮੇਰੀ ਗੱਲ ਸੁਣ ਲੈ ਤੂੰ। ਮੈਂ ਤੇਰੀ ਗੱਲ ਫੇਰ ਸੁਣੂਗੀ, ਕੋਈ ਨਾ, ਤੂੰ ਮੈਨੂੰ ਪਤਾ ਤੂੰ ਟਾਈਮ ਹੀ ਪਾਸ ਕਰਨਾ, ਗੱਲਾਂ ਮਾਰਨੀਆਂ ਨੇ, ਇੰਨਾ ਟਾਈਮ ਨਹੀਂ ਹੈਗਾ ਮੇਰੇ ਕੋਲੇ। ਜਾਗਰਿਆ ਤਾਂ ਤੇਰੀ ਗੱਲ ਸੁਣਦੀ, ਇਹ ਤਾਂ ਕਦੇ ਇੱਧਰ ਲੰਘ ਜਾਂਦੀ ਕਦੇ ਇੱਧਰ ਲੰਘ ਜਾਂਦੀ ਹੈ। ਜਾਗਰਾ ਜੇ ਤੂੰ ਦਿਲ ਦੀ ਗੱਲ ਕਹੀ ਜਾਂਦੇ ਤਾਂ ਕਹਿ ਦੇ, ਨੀ ਬਾਅਦ 'ਚ ਸਾਰੀ ਉਮਰ ਪਛਤਾਵ ਆ ਰਿਹਾ ਜੀ ਵਾ ਜਾਗਰਾ, ਉਹ ਇਕੱਲੇ ਦਾ ਇਕੱਲਾ ਤੂੰ ਫੇਰ ਰਹਿ ਜਾਏਗਾ। ਜਾਗਰਾ ਨਹੀਂ ਗੱਲ ਬਣਦੀ, ਗੱਲ ਦਾ ਕਹਿ ਨਹੀਂ ਪੂ। ਚੱਲ ਫਿਰ ਹੁਣ ਚੱਲ ਪਰਸੀਨੀ, ਛੇਤੀ ਛੇਤੀ ਸੰਨੀ ਕਰਦੇ, ਹੱਥ ਮਾਰ ਦੇ ਦੋ। ਲੈ ਹੁਣ ਚੱਲ ਭੱਜ ਲਾ ਛੇਤੀ। ਪਰਸੀਨੀ, ਉਹ ਮੇਰੀ ਟਕਾਈ ਨਾਲ ਗੱਲ ਤਾਂ ਸੁਣ ਲੈ ਕਾ। ਮੈਨੂੰ ਜਾਗਰਾ ਜਾਣ ਦੇ, ਮੈਨੂੰ ਕੰਮ ਬਹੁਤ ਨੇ ਗਏ। ਉਹ ਕੰਮ ਦੀ ਗੱਲ ਸੁਣ ਤਾਂ ਲਿਆ ਕਰ ਤੂੰ ਮੇਰੀ ਗੱਲ। ਕੋਈ ਨਾ, ਮੈਂ ਫੇਰ ਸੁਣ ਲੂ। ਪਰਸੀਨੀ, ਮੈਂ ਤੇਰੀ ਬਾਂਹ ਛੱਡਣ ਵਾਸਤੇ ਨਹੀਂ ਫੜੀ, ਮੈਂ ਲੋਕਾਂ ਵਰਗਾ ਤਾਂ ਹੈ ਨਹੀਂ ਕਿਹੜਾ ਅੱਧ ਵਿਚਾਲੇ ਸਾਥ ਛੱਡ ਦੇਣਗੇ। ਮੈਨੂੰ 7 ਜਨਮਾਂ ਦਾ ਪਤਾ ਨਹੀਂ ਪਰਸੀਨੀਏ, ਆਹ ਜਨਮ ਮੈਂ ਤੇਰਾ ਪਰਸੀਨੀ ਸਾਥ ਨਿਭਾਉਣਾ ਚਾਹਣਾ। ਜੇ ਤੂੰ ਮੈਨੂੰ ਛੱਡ ਕੇ ਬਾਗੀ, ਵਿਆਹ ਕਰਾਉਣਾ ਤਾਂ ਕੀ ਮਤਲਬ, ਜੀ ਵੀ ਨਹੀਂ ਹੋਣਾ। ਨਹੀਂ ਨਹੀਂ ਜਾਗਰੇ, ਤੂੰ ਕੀ ਕਹਿ ਰਹੇ ਆ, ਵਿਆਹ ਉਹ ਵੀ ਤੇਰੇ ਨਾਲ? ਅਸੀਂ ਤਾਂ ਤੁਹਾਡੇ ਬਰਾਬਰ ਬੈਠ ਵੀ ਨਹੀਂ ਸਕਦੇ, ਤੇ ਵਿਆਹ ਕਰਾਉਣਾ ਤਾਂ ਬਹੁਤ ਦੂਰ ਦੀ ਗੱਲ ਆ, ਸਾਡੇ ਪੱਲੇ ਇੱਕ ਇੱਜ਼ਤ ਹੀ ਹੁੰਦੀ ਆ, ਜੇ ਉਹ ਵੀ ਖਰਾਬ ਹੋ ਗਈ ਤਾਂ ਮੇਰੇ ਮਾਂ ਬਾਪ ਜਿਉਂਦੇ ਜੀ ਮਰ ਜਾਣਗੇ, ਨਾਲੇ ਸਾਡਾ ਤੁਹਾਡੇ ਨਾਲ ਕੋਈ ਮੇਲ ਨਹੀਂ ਹੈਗਾ। ਪਰਸੀਨੀ, ਤੂੰ ਲੋਕਾਂ ਦੀ ਪਰਵਾਹ ਕਰਨੀ ਛੱਡ ਦੇ, ਲੋਕ ਦਾ 100-100 ਗੱਲਾਂ ਬਣਾਉਂਦੇ ਨੇ। ਪਹਿਲਾਂ ਮੈਂ ਚੁੱਲ੍ਹਿਆਂ 'ਚ ਫੁੱਕਾਂ ਮਾਰਦਾ ਸੀ, ਉੱਦਾਂ ਕਿਸੇ ਨੇ ਆ ਕੇ ਦੇਖਿਆ ਨਹੀਂ। ਮੈਂ ਤਾਂ ਤੈਨੂੰ ਪੁੱਛਦਾ ਕਿ ਤੇਰੇ ਦਿਲ 'ਚ ਕੀ ਹੈ, ਕਹਿੰਦੇ ਤੂੰ ਮੈਨੂੰ ਪਸੰਦ ਕਰਦੇ ਕਿ ਨਾ। ਜਾਗਰਾ, ਮੈਂ ਆਪਣੇ ਮਾਂ ਬਾਪ ਦੀ ਰਜ਼ਾ ਤੋਂ ਬਿਨਾਂ ਚਾਹ ਕੇ ਵੀ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੀ। ਬਸ ਪਰਸੀਨੀਏ, ਅੱਖਾਂ ਬੰਦ ਕਰ ਲਿਆ ਬਸ ਤੂੰ। ਅੱਖਾਂ ਕਿਉਂ ਬੰਦ ਕਰਾਂ? ਅੱਖਾਂ ਬੰਦ ਕਰਕੇ ਜਾਗਰਾ ਕੀ? ਆ ਮੇਰੀ ਬੇਬੇ ਦੀ ਨਿਸ਼ਾਨੀ ਤੀ, ਉਹ ਕਹਿੰਦੀ ਹੁੰਦੀ ਸੀ ਮੇਰੀ ਨੂੰਹ ਦੇ ਪਾ ਦੀ ਇਹ ਹਾਰ, ਆ ਚੱਕ ਪਰਸੀਨੀ। ਜਾਗਰੇ, ਤੂੰ ਕੀ ਕੀਤਾ? ਪਰਸੀਨੀ, ਤੂੰ ਮੇਰੀ ਗੱਲ ਤਾਂ ਸੁਣ ਲੈ, ਜੇ ਮੈਂ ਤੇਰੇ ਘਰਦਿਆਂ ਨੂੰ ਮਨਾ ਲਾ ਫਿਰ ਤਾਂ ਨੀ ਤੈਨੂੰ ਕੋਈ ਤਰਾਜ ਆ। ਜਾਗਰਾ, ਮੈਨੂੰ ਕੁਛ ਨੀ ਪਤਾ ਇਹਦੇ ਬਾਰੇ, ਮੈਨੂੰ ਜਾਣ ਦੇ। ਜਾਗਰਾ, ਛੱਡ ਮੇਰੀ ਬਾਂਹ। ਪਰਸੀਨੀ, ਮੇਰੀ ਗੱਲ ਤਾਂ ਸੁਣ ਲੈ। ਜਾਗਰਾ, ਤੈਨੇ ਬਗੈਰ ਪੁੱਛੇ ਗਏ ਨੇ ਤੈਂ ਬੇਬੇ ਦਾ ਹਾਰ ਪਾਤਾ, ਕਦੇ ਉਹ ਨਾ ਗੁੱਸਾ ਮੰਨ ਗਈ ਹੋਵੇ।
ਸਾਰਾ ਕਸੂਰ ਛੱਡ ਗਈ। ਚੱਲ ਕੋਈ ਨਾ। ਆਏ ਹਾਏ ਓਏ, ਦੇਖਤਾ ਕਿਵੇਂ ਖੁਸ਼ ਹੋਈ ਫਿਰਦੀ ਆ। ਇਹੋ ਜਿਹਾ ਕੀ ਕਰਤਾ ਜਾਗਰ ਨੇ ਇਹਨੂੰ? ਉਹਦਾ ਦਾਲ 'ਚ ਕੁਛ ਨਾ ਕੁਛ ਕਾਲਾ ਲੱਗਦਾ ਬਾਈ। ਓਏ ਦਾਲ 'ਚ ਕਾਲਾ ਨੀ, ਇਹਦਾ ਦਾਲੇ ਕਾਲੀ ਆ। ਚੱਲ ਆਪਾਂ ਚੱਲਦੇ ਜਾਗਰ ਕੋਲੇ। ਉਹਦਾ ਦੀਪਾ ਦਾ ਸਵਾਦ ਗਿਆ ਮੁੱਠਾ ਮਾਰ ਕੇ। ਆਏ ਹਾਏ ਓਏ ਓਏ ਜਾਗਰ ਕਰੀਆਂ? ਓ ਹਾਂ ਬਾਈ, ਕਰੀਆਂ ਕਰੀਆਂ, ਆ ਜਾਓ ਆ ਜਾਓ। ਓਏ ਆ ਜਾ ਦੀਪ। ਓਏ ਆ ਕਿੱਥੋਂ ਆ ਗਏ? ਆ ਜਾਓ ਨੰਗਿਆ ਬਾਈ, ਨੰਗਿਆ। ਹੋਰ ਜਾਗਰਾ? ਵਧੀਆ ਬਈ ਵਧੀਆ, ਤੂੰ ਵੀ ਬਹਿ ਜਾ ਬਾਈ, ਇੱਧਰ ਕਰ ਦੇ। ਓਏ ਇਸ ਤਾਂ ਤੇਰੇ ਕੋਲੇ ਇੱਕ ਕੰਮ ਆਈ ਦੀ। ਦੱਸੋ ਬਾਈ। ਓਏ ਤੇਰੇ ਘਰੇ ਉਹ ਨਹੀਂ ਆਉਂਦੀ, ਉਹ ਕੁੜੀ ਆਉਂਦੀ ਆ। ਹਾਂ ਹਾਂ ਹਾਂ। ਓਏ ਮੜ ਜਾ, ਉਹ ਤੋਂ ਬਚ ਕੇ ਰਿਹਾ ਕਰਾ। ਉਹ ਤਾਂ ਬਾਈ ਕੰਮ ਕੁੰਮ ਕਰਨ ਆਉਂਦੀ ਆ, ਟੋਕਰਾ ਤੁੜੀ ਦੇ ਲੈ ਜਾਂਦੀ ਆ। ਹੋਰ ਦੱਸ ਆਪਾਂ ਨੇ ਕੀ ਕਰਾਉਣਾ ਉਹ ਤੋਂ? ਨਾ ਚੱਲ ਉਹ ਤਾਂ ਠੀਕ ਆ, ਚੱਲ ਕੰਮ ਤਾਂ ਕਰ ਜਾਂਦੀ ਆ ਤੇਰਾ। ਓਏ ਜਾ ਤੂੰ ਹੁੰਦੀ ਨੀ ਭਰੋਸੇ ਦੇ ਲਾਇਕ, ਆ ਕਦੇ ਤੇਰਾ ਸਾਰਾ ਘਰ ਲੁੱਟ ਕੇ ਖਾ ਜੇ ਉਹ। ਓ ਨਾ ਨਾ, ਇਹ ਜਿਹੀ ਤਾਂ ਗੱਲ ਹੀ ਨਹੀਂ ਹੈਗੀ ਕੋਈ। ਉਹਦਾ ਬਸ ਟੋਕਰਾ ਤੁੜਿਆ ਲੈ ਜਾਂਦੀ ਆ, ਹੋਰ ਕੀ ਹੁੰਦੇ ਆ, ਵਿਚਾਰੀ ਕੰਮ ਕਰਨ ਆ ਜਾਂਦੀ ਆ। ਐਡੀ ਗੱਲ ਨਹੀਂ ਹੈਗੀ, ਤੂੰ ਤਾਂ ਉਹੀ ਚੱਕਰਾਂ 'ਚ ਪੈ ਗਏ ਬਾਈ। ਓਏ ਤੂੰ ਤਾਂ ਸਾਡਾ ਭਾਈ ਆ, ਸਾਡਾ ਕਹਿਣ ਦਾ ਤੈਨੂੰ ਹੱਕ ਬਣਦਾ। ਹਾਂ ਇਹ ਤਾਂ ਗੱਲ ਤੁਹਾਡੀ ਸਹੀ ਹੈ। ਚਲੋ ਹੁਣ ਤੂੰ ਇਕੱਲਾ ਕਹਿ ਰਿਹਾ ਰਹਿਣਾ, ਸਾਨੂੰ ਅੱਗੇ ਪਿੱਛੇ ਕੋਈ ਗੱਲਬਾਤ ਹੋਊਗੀ ਫਿਰ ਸਾਡੇ ਤੇ ਆਊਗੀ ਗੱਲ ਵੀ ਉਹਨਾਂ ਦੇ ਉਹ ਰਹਿੰਦੇ ਨੇ, ਠੀਕ ਆ? ਉਹਨਾਂ ਨੇ ਕੁਝ ਦੱਸਿਆ ਨਹੀਂ ਹੈਗਾ ਸਾਨੂੰ। ਚੱਲ ਕੋਈ ਨਾ ਬਾਈ, ਸਹੀ ਗੱਲ ਤੁਹਾਡੀ ਕਹਿੰਦੇ। ਚੱਲ ਵਧੀਆ, ਤੂੰ ਆ ਕੇ ਦੱਸ ਕਰ ਸਹੀ ਗੱਲ ਹੈ। ਆਪਣੇ ਨੇੜੇ ਤੇੜੇ ਦੇ ਪਿੰਡਾਂ 'ਚ ਕੀ ਕੁਛ ਤਾਂ ਹੋਈ ਜਾਂਦਾ, ਤੈਨੂੰ ਪਤਾ ਤਾਂ ਹੈਗਾ, ਤੂੰ ਸਿਆਣਾ ਬਹਿਣਾ ਬੰਦਾ। ਹਾਂ ਇਹ ਵੀ ਗੱਲ ਸਿਆਣੀ ਆ ਬਾਈ ਤੁਹਾਡੀ। ਚਲੋ ਵਧੀਆ ਤੁਸੀਂ ਆ ਗਏ, ਹੋਰ ਚਾਹ ਪਾਣੀ ਦੱਸੋ? ਨਾ ਨਾ ਬਸ, ਇਸ ਤਾਂ ਤੇਰੇ ਕੋਲ ਆਹੀ ਗੱਲ ਕਰਨਾ ਇਹਦੀ, ਮੜ ਜਾ ਸੰਭਲ ਕੇ ਰਹੀ ਚੰਗਾ ਉਹ ਤੋਂ। ਕੋਈ ਨਾ ਕੋਈ ਨਾ ਕੋਈ ਨਾ ਬਾਈ, ਜ਼ਿਆਦਾ ਨੇੜੇ ਨਾਲ ਲਾਈ ਲਾਲੇ, ਘਰ ਦਾ ਭੇਤ ਨਾ ਦੀ ਉਹਨੂੰ। ਨਾ ਨਾ, ਘਰ ਦਾ ਭੇਤ ਆਪਾਂ ਕੰਮ ਦੇਣਾ, ਆਪਾਂ ਤਾਂ ਕੰਮ ਕਰਾਉਣੇ ਆ ਬਾਈ। ਕਹਿੰਦੇ ਟੋਕਰਾ ਹੋਰ ਤੁੜੀ ਦੇ ਲਈ, ਤੁਹਾਨੂੰ ਪਤੀ ਹੋਇਆ। ਹਾਂ ਠੀਕ ਆ, ਚਲੋ ਤਾਂ ਗੱਲ ਤੇਰੀ ਸਿਆਣੀ ਆ। ਹੋਰ ਤੂੰ ਕੁਛ ਸੇਵਾ ਦੱਸੋ? ਨਾ ਬਸ ਚੱਲੀਏ ਫਰਦੀਪ ਆਪਾਂ। ਚਲੋ ਬਾਈ ਚੰਗਾ ਬਾਈ, ਚੱਲ ਰੱਖੀ ਚੰਗਾ। ਧਿਆਨ ਰੱਖੀ, ਕੋਈ ਨਾ ਕੋਈ ਨਾ ਕੋਈ ਧਿਆਨ ਰੱਖੀ, ਸਮਝਾਉਣ ਆ ਗਏ ਤੈਨੂੰ ਅਸੀਂ, ਠੀਕ ਆ। ਇਹ ਮੇਰੇ ਸਾਲੇ ਉਹ ਚੱਕੀ ਫਿਰਦੇ ਨੇ ਟੰਡ ਫੜੀ। ਉਹ ਮੈਂ ਸਾਰਾ ਕੁਛ ਜਾਣਦਾ, ਓਏ ਜਾਗਰ ਕਿਹੜਾ ਬਾਬਲਾ ਹੈ, ਤੁਸੀਂ ਮੇਰਾ ਕਾਹਨੂੰ ਘਰ ਪਸੰਦ ਦਿੰਦੇ ਹੋ? ਮੈਂ ਤਾਂ ਪਹਿਲੀ ਹੋਰ ਟੈਨਸ਼ਨਾਂ 'ਚ ਫਿਰਦਾ। ਸਹੀ ਗੱਲ ਦੀਪ ਰਸੀਨੀ ਦੀ ਕਿ ਲੋਕ ਖੰਭ ਦੀ ਡਾਰਾ ਬਣਾ ਲੈਂਦੇ ਨੇ। ਆਹ ਦੇਖ ਲੈ, ਮਿੱਟਾਂ 'ਚ ਗੱਲਾਂ ਬਣਾ ਕੇ ਕਾਹਨੂੰ ਕਹਿੰਦੇ ਸਰੀਕੀ, ਕਹਿੰਦੇ ਕਿਸੇ ਦੇ ਰਾਜੀ ਹੁੰਦੇ ਨੇ। ਇਹਨਾਂ ਨੂੰ ਐਂ ਕਾਹਨੂੰ ਜਾਗਰ ਦੀ ਰੋਟੀ ਪੱਕਦੀ ਹੋ ਜੇ। ਕੋਈ ਨਾ, ਜਾਗਰ ਤੁਹਾਡੀ ਹਿੱਕ ਦੇ ਦੀਵਾ ਬਾਲ ਕੇ ਹਟੂਗਾ, ਮੈਂ ਉਹਨਾਂ ਦੇ ਘਰਦਿਆਂ ਨੂੰ ਮਨਾ ਕੇ ਹਟੂਗਾ, ਮੈਂ ਕੁਛ ਮਰਜ਼ੀ ਹੋ ਜੇ। ਮੈਂ ਹੁਣ ਪਿੱਛੇ ਹਟਦੀ ਹਟਦਾ ਨਹੀਂ ਕਿਸੇ ਵੀ ਹਾਲ 'ਚ। ਰੱਬਾ ਸ਼ੁਕਰਾ, ਮੈਨੂੰ ਤਾਂ ਲੱਗਿਆ ਗਿਰ ਗਏ ਸੀ ਦੋਨੇ ਜਾਣੇ, ਸੁਪਨਾ ਹੀ ਸੀ। ਜਾਗਰਾ ਕੀ ਗੱਲ ਹੋ ਗਈ,
ਕਦੇ ਮੈਨੂੰ ਤਾਂ ਨਹੀਂ ਕੱਲ੍ਹ ਵਾਲੀ ਗੱਲ ਦਾ ਗੁੱਸਾ ਕਰ ਗਈ, ਹਲੇ ਤੱਕ ਆਈ ਨਹੀਂ, ਟਾਈਮ ਬਹੁਤ ਹੋ ਗਿਆ। ਕਦੇ ਉਹਨਾਂ ਨੇ ਪਿੰਡ ਛੱਡ ਕੇ ਬਾਗੀ ਕਦੇ ਜਾਗਰਾ ਕੀ ਕਰੀ, ਉਬਲਾ ਚੁਬਲੀ ਲੱਗ ਰਹੀ ਹੈ। ਜਾ ਕੇ ਮੈਂ ਕਹਿੰਦਾ ਦੇਖ ਕੇ ਆਉਣਾ, ਇਹ ਨਹੀਂ ਗੱਲ ਬਣਦੀ, ਇਹ ਤਾਂ ਬਹੁਤ ਔਖਾ ਹੋ ਗਿਆ, ਇੰਨਾ ਟਾਈਮ ਹੋ ਗਿਆ ਬੈਠੇ ਨੂੰ, ਹਜੇ ਤੱਕ ਨਹੀਂ ਆਈ। ਚੱਲ ਹੋ ਖੜਾ, ਦੇਖ ਕੇ ਆ। ਮੈਂ ਕਹਿੰਦਾ ਨਹੀਂ ਪਰਸੀਨੀ, ਤੂੰ ਇੰਨੇ ਕਵੇਲਾ ਕਾਹਤੋਂ ਕਰਤਾ, ਮੈਨੂੰ ਤਾਂ ਹੋਗਾ ਕਿਤੇ ਵਗਣਾ ਗਏ ਹੋਣਾ, ਮੈਂ ਤਾਂ ਹੀ ਦੇਖਣਾ ਸੀ ਤੈਨੂੰ। ਨਹੀਂ ਨਹੀਂ, ਮੈਂ ਤਾਂ ਸਮਾਨ ਸੰਦਾ ਸਾਂਭਣ ਲੱਗ ਗਈ ਸੀ ਅੱਜ, ਸਾਰਾ ਕੰਮ ਕਰਕੇ ਮੈਂ ਤੇਰੇ ਕੋਲ ਬੈਠ ਕੇ ਗੱਲਾਂ ਮਾਰੂੰਗੀ। ਤੇਰੇ ਤਾਂ ਦੋ ਪਾਲ ਦੀ ਦੂਰੀ ਮੈਨੂੰ ਤਾਂ ਜਾਣ ਕੱਢਣੀ ਕਰ ਦਿੰਦੀ ਹੈ। ਚੱਲ ਆਪਾਂ ਕਿਤੇ ਮੈਂ ਗੱਲਾਂ ਮਾਰਦੇ ਹਾਂ ਯਾ। ਚੱਲ ਆ ਜਾ, ਮੈਨੂੰ ਹੋ ਗਿਆ ਮਾਂ ਬਾਗੇ, ਮੈਂ ਤਾਂ ਸਾਡੇ ਕੋਲ ਇੱਧਰ ਆਉਣ ਲੱਗਿਆ ਸੀ, ਮੈਂ ਜਾ ਕੇ ਆਉਣਾ ਉਹਦੇ ਕੋਲੇ। ਹਜੇ ਤਾਂ ਰੁਕਾਂਗੇ ਇੱਕ ਅੱਧਾ ਦਿਨ। ਅੱਛਾ ਚੱਲ ਕੋਈ ਨਾ। ਜਾਗਰਾ, ਹਾਂ ਮੈਂ ਅੱਜ ਸੋਹਣੀ ਲੱਗਦੀ ਆ। ਮਾਂ ਪੁੱਛਣਾ ਕਿਤੇ ਤੈਨੂੰ ਟੋਕ ਨਾ ਲੱਗ ਜੇ ਮੇਰੀ, ਜੇ ਤੂੰ ਪੰਜਾਬੀ ਸੂਟ ਪਾ ਤੂੰ ਹੋਰ ਵੀ ਸੋਹਣੀ ਲੱਗੇਗੀ। ਹੈ ਹੋਰ ਕੀ ਨਾ। ਕੋਈ ਨਾ, ਫਿਰ ਮੈਂ ਤੇਰੀ ਰੀਝ ਵੀ ਪੂਰੀ ਕਰੂੰ। ਹੋਰ ਨਾਲੇ ਆ ਦੇਖ ਲਾ, ਮੈਂ ਲਾ ਕੇ ਨਹੀਂ ਸੋਈ ਹੈਗੀ, ਪਾ ਕੇ ਹੀ ਸੋ ਗਈ ਸੀ, ਤੇਰੀ ਨਿਸ਼ਾਨੀ ਇੱਕ ਮਿੰਟ ਵੀ ਦੂਰ ਨਹੀਂ ਕਰੀ ਮੈਂ। ਤਾਈ ਦਾ ਕੋਣ ਨੇ, ਮੇਰਾ ਜੀ ਨਹੀਂ ਲੱਗਿਆ, ਮੈਂ ਤਾਂ ਰੋਟੀ ਵੀ ਨਹੀਂ ਖਾਧੀ, ਮਾਂ ਦੇ ਵਗਣਾ ਗਏ ਹੁਣ, ਮੈਂ ਸੋਚ ਸੋਚ ਅੱਧਾ ਹੋ ਗਿਆ। ਰੋਟੀ ਤਾਂ ਖਾ ਲੈਣੀ ਸੀ ਫਿਰ ਤੂੰ ਬਣਾ ਕੇ। ਆਏ ਹਾਏ ਓਏ ਬਾ ਓਏ ਜਾਗਰਾ, ਤੇਰੀਆਂ ਦਾ ਪੰਜੇ ਉਂਗਲਾਂ ਕਿਹੋ ਜਿਹੇ ਨੇ, ਤੂੰ ਲੈਣੇ ਨਜ਼ਾਰੇ ਦਾ। ਓ ਦੀਪਾ, ਓ ਕਿਵੇਂ ਕੱਲਾ ਬੜਬੜਾਈ ਜਾਂਦਾ, ਓਏ ਉਹ ਲੰਘੀ ਕਿ ਨਾ ਬਈ, ਉਹਨੂੰ ਤਾਂ ਜਾਗਰ ਅੱਜ ਆਪ ਲੈ ਕੇ ਆਇਆ ਘਰੋਂ ਜਾ ਕੇ। ਅੱਛਾ, ਹਾਂ ਫਿਰ ਆਪਾਂ ਉਰੇ ਕੀ ਕਰਦੇ ਆ, ਆਪਾਂ ਚੱਲਦੇ ਜਾਗਰ ਦੇ ਘਰੇ, ਦੇਖਦੇ ਵੀ ਕੀ ਕਰਦੇ ਨੇ ਉਹ। ਮੈਂ ਵੀ ਅਸੀਂ ਕਹਿਣੇ ਲੱਗੇ ਤੈਨੂੰ, ਪਤਾ ਤਾਂ ਕਰੀਏ ਫਿਰ, ਪੱਕੇ ਪੈਰੀ ਹੁੰਦੇ। ਚੱਲ ਅੱਛਾ ਚੱਲ, ਪਸੀਨੀਆਂ ਲਿਆ ਦੇ, ਰੋਟੀ ਭੁੱਖ ਲੱਗ ਰਹੀ ਆ। ਆ ਗਈ ਆ ਗਈ ਜਾਗਰ, ਲਓ ਫੜੋ ਖਾਓ ਰੋਟੀ। ਚੱਲ ਰੋਟੀ ਤਾਂ ਬਾਅਦ ਚੋ ਖਾ ਲਾਂਗੇ, ਪਹਿਲਾਂ ਤੂੰ ਮੇਰੀ ਕੱਲ ਵਾਲੀ ਗੱਲ ਦਾ ਜਵਾਬ ਦੇ ਕਿ ਤੂੰ ਮੈਨੂੰ ਪਸੰਦ ਕਰਦੇ ਕਿ ਨਾ। ਮੈਂ ਤਾਂ ਪਸੰਦ ਕਰਦੀ ਆ, ਪਰ ਮੇਰੇ ਮਾਂ ਬਾਪ ਨੇ ਨੀ ਮੰਨਣਾ। ਮਾਂ ਬਾਪ ਨੂੰ ਮੈਨੂੰ ਕਹਿ ਦਿਆਂ ਕਿ ਮਾਂ ਬਾਪ ਨੂੰ ਤਾਂ ਤੈਨੂੰ ਮਨਾ ਲੂੰਗਾ, ਮੈਨੂੰ ਭਾਵੇਂ ਕੁਛ ਮਰਜ਼ੀ ਕਰਨਾ ਪਵੇ, ਤੂੰ ਤਾਂ ਕਦੋਂ ਘਰੇ ਆਣੀਆਂ ਰੌਣਕ ਆ ਜਾਂਦੀ, ਕਦੋਂ ਤੂੰ ਵਗ ਜਾਂਦੀ ਰੌਣਕ ਨਾਲੀ ਵਗ ਜਾਂਦੀ ਤੇਰੇ। ਚੱਲ ਕੋਈ ਨਾ, ਤੁਸੀਂ ਰੋਟੀ ਖਾ ਲਓ ਪਹਿਲਾਂ। ਤੂੰ ਆਜਾ ਨਾਲੀ ਖਾਣੇ ਰੋਟੀ, ਆਜਾ ਬਹਿ ਜਾ, ਘਰਦਿਆਂ ਨੂੰ ਮੈਂ ਤੇਰੇ ਨੂੰ ਮਿਲਾ ਲੂੰਗਾ, ਮੈਨੂੰ ਪਤਾ ਹੈ ਤੂੰ ਬਹਿ ਜਾ, ਆਜਾ ਰੋਟੀ ਖਾ ਲੈ। ਮੈਂ ਤਾਂ ਖਾ ਕੇ ਆਈ ਸੀ ਰੋਟੀ। ਉਹ ਤੂੰ ਫੇਰ ਖਾ ਲੈ, ਮੰਨਦੀ ਕਾਹਤੋਂ ਨਹੀਂ ਹੈਗੀ ਤੂੰ। ਚਲੋ ਬੈਠ ਜਾ, ਇਸੇ ਖੁਸ਼ੀ 'ਚ ਮਨਾ ਲਿਆ ਕਿ ਮੈਂ ਤੇਰੇ ਘਰ ਦੇ ਮਨਾਉਂਗਾ, ਲੈ ਤੈਨੂੰ ਮੈਂ ਖਵਾਵਾਂ ਰੋਟੀ। ਤੁਸੀਂ ਖਾਓ, ਤੁਹਾਨੂੰ ਮੈਂ ਖਵਾ ਦਿੰਦੀ, ਤੈਨੂੰ ਇਸੇ ਖੁਸ਼ੀ 'ਚ ਖਵਾਵਾਂਗੇ ਆਪਾਂ। ਨਾਲੇ ਉਦਣ ਆਪਣੇ ਕਿਵੇਂ ਬੇਇੱਜ਼ਤੀ ਕਰਕੇ ਗਈ ਸੀ, ਸਹੀ ਗੱਲ ਹੈ, ਅੱਜ ਤੋਂ ਬਦਲਾ ਲੈਣੇ ਉਸ ਗੱਲ ਦਾ। ਹੈਨਾ, ਆ ਚੱਲੀਏ। ਚੱਲ ਬਈ, ਉਹ ਜਿਹੜਾ ਬੱਚਾ ਲੈ ਕੇ ਗਿਆ ਸੀ ਉਹਦੇ ਪੈਸੇ ਦੇ ਗਿਆ ਕਿ ਨਾ? ਜੇ ਪੈਸੇ ਦੇ ਗਿਆ ਤਾਂ ਠੀਕ ਹੈ, ਨਹੀਂ ਬੱਚਾ ਖੋਲ ਲਿਆ ਤੂੰ, ਨਹੀਂ ਤੇ ਮੈਂ ਲੈ ਕੇ ਆਉਣਾ ਉਹਨੂੰ ਜਾ ਕੇ। ਹਾਂ ਸਹੀ ਹੈ, ਪੈਸੇ ਦੋ, ਕੰਮ ਕਰਾਓ ਬਈ। ਪਰਸੀਨੀ ਸਾਡੀ ਕੁੜੀ ਏ, ਤੁਹਾਡੀ ਕੁੜੀ ਆ? ਹਾਂ ਬਈ, ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦੇ ਅਸੀਂ, ਠੀਕ ਆ? ਸਾਡਾ ਇੱਕ ਗਵਾਂਢੀ ਆ ਜਾਗਰਾ, ਉਹ ਤੁਹਾਡੀ ਕੁੜੀ ਦਾ ਵੈਸੇ ਠੀਕ ਆ, ਨਰਮਾ,
ਜਿਹੜਾ ਉਹ ਜਾਗਰ ਨਾ ਉਹ ਆ ਬਦਮਾਸ਼ ਬੰਦਾ, ਠੀਕ ਆ ਮਲੰਗ ਬੰਦਾ, ਉਹ ਸੁੱਡੀ ਕੁੜੀ ਨੂੰ ਗੱਲਾਂ ਚ ਲਾ ਕੇ ਕੋਈ ਪੁੱਠੀ ਸਿੱਧੀ ਹਰਕਤ ਨਾ ਕਰਦੇ। ਅਸੀਂ ਗਵਾਂਢੀ ਆ, ਸਾਡਾ ਦੱਸਣ ਦਾ ਫਰਜ਼ ਬਣਦਾ ਜੀ। ਕੀ ਕਹਿ ਰਿਹਾ ਸਰਦਾਰਾ ਤੂੰ? ਤੁਸੀਂ ਐਂ ਕਰੋ, ਤੁਸੀਂ ਸਾਡੇ ਨਾਲ ਚੱਲੋ, ਉਹ ਜਾਗਰ ਦੇ ਘਰੇ ਬੈਠੀ ਆ। ਚੱਲੀਏ ਫਿਰ। ਦੇਖ ਲਾ ਬਾਈ ਮੈਂ ਤੈਨੂੰ ਕੀ ਕਹਿਣਾ ਹੁੰਦਾ ਸੀ, ਆਪਾਂ ਨੂੰ ਜਾਣਾ ਪੈਣਾ ਉੱਥੇ ਫਿਰ ਇਹਦੇ ਕੋਲ। ਜਾਣਾ ਪੈਣਾ ਕੁੜੀ ਦੇ। ਹਾਂ ਬਾਈ ਆ ਜਾਓ। ਗੱਲ ਆ ਗਈ। ਕੋਈ ਬਾਈ ਹੋਰ ਹਰਕਤ ਕਰਦੇ ਹੋ ਉੱਚੀ ਨਹੀਂ ਵੀ? ਨਹੀਂ ਨਹੀਂ ਇਹੋ ਜੀ। ਹਾਂ ਚੱਲ ਆ ਜਾਓ। ਆ ਤੂੰ ਬਾਪੂ ਨੂੰ ਕਹਿ ਦੀ ਕੱਖ ਪਾ ਦੂਗਾ ਇਹਨੂੰ, ਮੈਂ ਆਇਆ। ਆ ਜਾਓ ਆ ਜਾਓ, ਦਿਖਾਉਂਦੇ ਆ ਤੁਹਾਨੂੰ। ਚਲੋ ਰੋਜ਼ ਦਾ ਕੰਮ ਹੈ ਬਾਈ, ਉਹਦੇ ਰੋਜ਼ ਦਾ। ਉਹ ਮੈਨੂੰ ਤਾਂ ਪਹਿਲੀ ਲੱਛਣ ਪਤਾ ਸੀ ਭਰਾ, ਤੁਸੀਂ ਕੋਈ ਨਹੀਂ ਯਕੀਨ ਕਰਿਆ ਮੇਰੇ ਤੇ। ਆ ਦੇਖ ਲਾ ਬਾਈ, ਮੈਂ ਪਹਿਲਾਂ ਕਹਿ ਦੀ ਬਾਪੂ ਨੂੰ ਵੀ ਇਕੱਲੀ ਕੁੜੀ ਨੂੰ ਨਾ ਭੇਜਿਆ ਕਰ, ਕੀ ਵੱਟੀ ਦਾ ਇਕੱਲੀ ਕੁੜੀ ਦਾ, ਜੇ ਬਦਨਾਮੀ ਹੋ ਗਈ ਸਾਰੇ ਕਬੀਲੇ 'ਚ ਨੱਕ ਕੱਟ ਜੂ ਆਪਣੀ। ਅੱਜ ਦਾ ਕੰਮ ਨਹੀਂ ਬਾਈ, ਨਾਲੇ ਇਹ ਰੋਜ਼ ਹੈ, ਰੋਜ਼ ਰੋਜ਼ ਦੇਖਦਾ ਮੈਂ ਰੋਜ਼। ਆ ਦੇਖ ਬਾਈ, ਆ ਘਰ ਆ ਉਹਨਾਂ ਦਾ, ਠੀਕ ਆ, ਜਿੱਥੇ ਤੁਹਾਡੀ ਕੁੜੀ ਆ ਰਹੀ ਆ। ਅਸੀਂ ਤਾਂ ਨਹੀਂ ਜਾ ਸਕਦੇ, ਸਾਡਾ ਤਾਂ ਭਾਈ ਹੈਗਾ ਗਮੰਡ ਮੱਥਾ। ਤੂੰ ਨਾਲ ਚੱਲ ਯਾਰ। ਪੜਥੂ ਹੁਣ ਦੇਖੀ, ਹੁਣ ਬਣੂਗੀ ਗੱਲ। ਪਰਸੀਨੀ ਅੱਜ ਤਾਂ ਮੈਂ ਰੱਜ ਕੇ ਰੋਟੀ ਖਾਧੀ ਆ, ਨਹੀਂ ਤਾਂ ਪਹਿਲਾਂ ਮੈਂ ਚੁੱਲ੍ਹਿਆਂ 'ਚ ਫੁੱਕਾ ਮਾਰੀ ਜਾਂਦਾ ਸੀ। ਪਰਸੀਨੀ ਨੀ, ਪਰਸੀਨੀ ਬਸ ਆਹੀ ਕਸਰੇ ਦੀਦੀ, ਕਿਵੇਂ ਸ਼ਰਮ ਲਾਈ ਇਹਨੇ। ਪਰਸੀਨੀ ਅੱਜ ਤਾਂ ਮੈਂ ਰੋਟੀ ਰੱਜ ਕੇ ਖਾਧੀ ਹੈ, ਪਹਿਲਾਂ ਤਾਂ ਮੈਂ ਉਹੀ ਭੁੱਖਾ ਮਰੀ ਜਾਂਦਾ ਸੀ, ਚੁੱਲ੍ਹਿਆਂ 'ਚ ਮਾਰ ਮਾਰ ਕੇ ਫੁੱਕਾ ਮਰਦਾ, ਹੱਥ ਮੱਚੇ ਪਏ ਤੇ। ਅੱਜ ਤਾਂ ਮੈਨੂੰ ਐਂ ਲੱਗਿਆ ਕਿ ਮੈਨੂੰ ਪਰਸੀਨੀ ਤਿਆਰ ਆ। ਉਹ ਨਾਲੇ ਬਾਈ ਮੇਰੀ ਰੋਟੀ ਪੱਕਦੀ ਹੋਜੂ, ਮੇਰੇ ਘਰੇ ਕਦਾ ਕੋਈ ਹੈਗਾ, ਮੈਂ ਤਾਂ ਇਕੱਲੀ ਆ, ਇਹ ਮੈਨੂੰ ਪਿਆਰ ਕਰਦੀ ਆ, ਮੈਂ ਇਹਨੂੰ ਪਿਆਰ ਕਰਦਾ, ਬਈ ਇਸਦਾ ਵਿਆਹ ਕਰਾਉਣ ਨੂੰ ਕਹਿਣਾ, ਤੂੰ ਸਮਝੋ ਬਈ ਬਣ ਕੇ ਗੱਲ ਨੂੰ ਯਾਰਾ। ਉਹ ਬਸ ਕਰ ਸਰਦਾਰਾ ਬਸ ਕਰ, ਕਿਉਂ ਸਾਡੀ ਭੋਲੀ ਭਾਲੀ ਕੁੜੀ ਨੂੰ ਤੂੰ ਗੱਲਾਂ 'ਚ ਲਾ ਕੇ ਖਰਾਬ ਕਰਦਾ ਪਿਆ, ਮਾੜਾ ਮੋਟਾ ਅਕਲ ਨੂੰ ਹੱਥ ਮਾਰ, ਉਹ ਇਹ ਤੇ ਨਿਆਣੀ ਸੀ, ਉਹ ਤੂੰ ਤੇ ਸਿਆਣਾ ਸੀ, ਮਾੜੀ ਮੋਟੀ ਸ਼ਰਮ ਕਰ, ਸ਼ਰਮ ਅਕਲ ਨੂੰ ਹੱਥ ਮਾਰ ਥੋੜਾ। ਉਹ ਬਾਈ ਮੇਰੀ ਗੱਲ ਤਾਂ ਸੁਣ ਬਾਈ ਯਾਰਾ, ਖੜ ਕੇ ਸਰਦਾਰਾ ਪਰਾ ਉਹ ਕੁੜੀ ਨੂੰ ਸਾਡੇ ਨਾਲ ਜਾਣ ਦੇ। ਰੱਖ ਲਾ ਗਾ ਇੱਕ ਮਿੰਟ, ਇਹਨੂੰ ਕੁਝ ਨਾ ਬੋਲੋ, ਜੋ ਕੁਝ ਕਹਣਾ ਮੈਨੂੰ ਕਹੋ। ਜੱਗੇ ਬਾਈ ਵੇਖਦਾ ਕੀ ਹੈ, ਤਾਰਖਾਂ ਤੋਂ ਗਿੱਚੀ ਜੇ ਤੂੰ ਚੱਲ, ਤੂੰ ਜਾਗਰ ਦੀ ਬਾਈ ਹੇਜਲੀ ਬਣੀ ਏ, ਛੱਡ ਦੇ ਮੈਨੂੰ, ਚੱਲ ਮੇਰੇ ਨਾਲ, ਇਹਨੂੰ ਕੁਝ ਨਾ ਆਖੀ ਉਹਦੇ, ਮੈਨੂੰ ਛੱਡ ਤੂੰ ਜਾਗਰ, ਤੂੰ ਚੱਲ ਮੇਰੇ ਨਾਲ, ਜਾਗਰ ਛੱਡ ਦੇ ਮੈਨੂੰ। ਪਰਸੀਨੀ ਏ ਉਹ ਛੱਡ ਦੋ ਬਾਈ ਪਰਸੀਨੀ ਨੂੰ। ਵੇਖ ਸਰਦਾਰਾ ਇਹ ਗੱਲ ਨੂੰ ਜ਼ਿਆਦਾ ਨਾ ਵਧਾ, ਇਹ ਤੇਰੇ ਲਈ ਵੀ ਚੰਗਾ ਹੈ ਤੇ ਸਾਡੇ ਲਈ ਵੀ ਚੰਗਾ ਹੈ। ਸਰਦਾਰਾ ਤੂੰ ਮੈਨੂੰ ਦੇਖਣ ਤਾਂ ਸਿਆਣਾ ਲੱਗਦਾ, ਸਮਝਦਾਰ ਬਣ, ਸਮਝਦਾਰ ਆ। ਓ ਬਾਈ ਮੈਂ ਇੱਥੇ ਬਮਾ ਪੈਰੀ ਹੱਥ ਲਵਾ ਲਓ, ਮੇਰੇ ਕਦੇ ਮਸਾਂ ਖੁਸ਼ੀ ਆਈ ਤੇ ਬਾਈ ਓਏ, ਸਿਆਣਾ ਬਣ ਸਿਆਣਾ। ਓ ਬਾਈ ਐ ਕਾਹਨੂੰ ਕਰਦੇ ਓਏ, ਚੱਲ ਕਮਜਾਤੇ ਚੱਲ, ਜਾਗਰ ਚੱਲ, ਬੜਾ ਜਾਗਰ ਜਾਗਰ ਰੱਖਦੀ ਆ ਤੂੰ, ਪਹਿਲਾਂ ਜਾਗਰ ਨਾਲ ਰਹਿੰਦੀ ਸੀ, ਚੱਲ ਚੱਲ ਛੱਡ ਦੋ ਜਾਗਰ ਨੂੰ ਮੈਨੂੰ, ਚੱਲ ਤੈਨੂੰ ਮੈਂ ਘਰੇ ਜਾ ਕੇ ਦੱਸਦਾ। ਤੂੰ ਚੱਲ ਮੈਨੂੰ ਛੱਡ ਦੋ,
ਚੱਲ। ਓ ਲੈ ਦੀਪਾ, ਆਪਾਂ ਤਾਂ ਕਰਤਾ ਆਪਣਾ ਕੰਮ, ਹੁਣ ਅੱਗੇ ਅੱਗੇ ਦੇਖੀ ਹੁੰਦਾ ਕੀ ਆ। ਨਾਲੇ ਜਾਗਰ ਬਈ ਸਾਲਾ ਕਿਸੇ ਨੇ ਕੁਝ ਸਮਝਦੀ ਨੀ ਤੀ, ਹੁਣ ਇਹਦਾ ਰੱਬ ਨੂੰ ਟੱਬ ਦੱਸਣ ਲੱਗ ਗਿਆ ਜਿੱਦੇ ਦੀ ਕੁੜੀ ਜੀ ਇਹਦੇ ਘਰੇ ਆਉਣ ਲੱਗ ਗਈ ਤੀ। ਸਹੀ ਗੱਲ, ਹੁਣ ਆਪੇ ਲੜ ਲੜ ਮਰ ਜਾਣਗੇ, ਆਪਾਂ ਸਾਂਭਾ ਗਿਆ ਦਾ ਘਰ ਬਾਰ ਸਾਰਾ, ਹੁਣ ਆਊਗਾ ਦੇਖੀ ਸਵਾਦ ਤਾਂ, ਹੁਣ ਬਣੂਗੀ ਗੱਲ ਤਾਂ। ਚੱਲ ਆਪਾਂ ਚੱਲਦੇ ਹਾਂ, ਜਾ ਦੇਖਦੇ ਹਾਂ ਕਿੱਥੇ ਨੂੰ ਗਏ। ਇੱਧਰ ਚੱਲਦੇ ਆਪਾਂ, ਚੱਲ ਚੱਲ ਛੱਡ ਦੇ ਮੈਨੂੰ, ਤੂੰ ਚੱਲ ਮੇਰੇ ਨਾਲ, ਛੱਡ ਦੇ ਮੇਰੀ ਮਾਂ, ਛੱਡ ਮੈਨੂੰ, ਏ ਤੂੰ ਚੱਲ। ਅਰੇ ਬਹਿ ਜਾ, ਜੇ ਉਹ ਕਿਤੇ ਪਰਾਂ ਵੱਜ ਗਈ ਨੇ ਤੇਰੀਆਂ ਲੱਤਾਂ ਵੱਢ ਛੱਡਣੀਆਂ ਨੇ ਅਸੀਂ ਨੇ, ਤੇ ਸਾਡੇ ਦਾਖਲ ਬਾਅਦ ਸਾਡੀ ਬੇਇੱਜ਼ਤੀ ਕਰਵਾ ਛੱਡੀਏ। ਤੂੰ ਕਦੇ ਆਪਣੇ ਬੁੱਢੇ ਬਾਪੂ ਬਾਰੇ ਸੋਚਿਆ ਵੀ ਉਹ ਤੇ ਕੀ ਬੀਤਦੀ ਹੋਏਗੀ? ਉਹ ਤੇ ਪਹਿਲੀ ਬਿਮਾਰੀ ਦਾ ਖਾਧਾ ਪਏ, ਜਦੋਂ ਤੇਰੀਆਂ ਨਵੀਆਂ ਕਰਤੂਤਾਂ ਦਾ ਪਤਾ ਲੱਗਿਆ ਉਹ ਤਾਂ ਜਿੰਦੇ ਜੀ ਮਰ ਜਾਏਗਾ। ਤੂੰ ਸਿਆਣੀ ਬਣ, ਏਦਾਂ ਬੋਲ ਨਹੀਂ ਕੁੱਟੀ ਦਾ ਹੁੰਦਾ। ਜੱਗੇ ਬਾਈ, ਆਪਾਂ ਇਹਦੇ ਬਾਪੂ ਕੋਲ ਸੁਨੇਹਾ ਭੇਜ ਦਿੰਦੇ ਹਾਂ ਵੀ ਤੁਸੀਂ ਉੱਥੇ ਰਹੋ, ਆਪਾਂ ਵੀ ਇਹ ਪਿੰਡ ਛੱਡ ਕੇ ਚੱਲਦੇ ਹਾਂ ਇੱਥੋਂ। ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ? ਮੈਂ ਪਿਆਰ ਕਰਦੀ ਹਾਂ ਉਹਨੂੰ, ਉਹਦੇ ਬਿਨਾਂ ਮੈਂ ਨਹੀਂ ਰਹਿ ਸਕਦੀ, ਵਿਆਹ ਕਰਾਉਣਾ ਮੈਂ ਉਹਦੇ ਨਾਲ। ਤੂੰ ਪਾਗਲ ਹੋ ਗਈ ਹੈ ਪਾਗਲ, ਅਸੀਂ ਤੇਰੇ ਸਗੇ ਭਰਾ ਤਾਂ ਨਹੀਂ ਪਰ ਮੰਨਦੇ ਤੈਨੂੰ ਸਗੀਆਂ ਭੈਣਾਂ ਤੋਂ ਵੀ ਵੱਧ ਆ ਅਸੀਂ, ਅਸੀਂ ਤੇਰਾ ਕੋਈ ਮਾੜਾ ਨਹੀਂ ਚਾਹੁੰਦੇ। ਇਹ ਤਗੜੇ ਲੋਕ ਕਿਸਦੇ ਮਿੱਤ ਨਹੀਂ ਹੁੰਦੇ, ਇਹ ਕੋਈ ਤੇਰੇ ਨਾਲ ਵਿਆਹ ਵੂਹ ਨਹੀਂ ਕਰਵਾਉਣਾ, ਤੇਰੇ ਨਾਲ ਟਾਈਮ ਪਾਸ ਕਰਕੇ ਤੇਰੇ ਵਰਗੀਆਂ ਨੂੰ ਮੂਰਖ ਬਣਾ ਕੇ ਏਦਾਂ ਹੀ ਗੱਲਾਂ 'ਚ ਲਾ ਕੇ ਰੱਖ ਦਿੰਦੇ ਆ, ਕੋਈ ਨਹੀਂ ਤੇਰੇ ਨਾਲ ਵਿਆਹ ਵੂਹ ਕਰਾਉਣੇ ਨੇ। ਸਿਆਣੀ ਬਣ ਸਿਆਣੀ, ਅਕਲ ਨੂੰ ਹੱਥ ਮਾਰ ਤੂੰ ਥੋੜਾ ਮੋਟਾ। ਮੇਰੇ ਨਾ ਵੀਰ ਬਣ ਕੇ ਮੇਰੀ ਇੱਕ ਗੱਲ ਸੁਣ ਲਾ, ਮੈਨੂੰ ਇੱਕ ਵਾਰ ਜਾਗਰ ਕੋਲ ਜਾਏ ਆਉਂਦੇ, ਉਹਨੇ ਮੇਰੇ ਨਾਲ ਵਿਆਹ ਦਾ ਵਾਅਦਾ ਕੀਤਾ ਹੋਇਆ, ਜੇ ਮੈਂ ਗਲਤ ਨਿਕਲੀ ਨਾ ਜੋ ਤੁਸੀਂ ਕਹੋਗੇ ਮੈਂ ਉਹ ਮੰਨੂਗੀ, ਤੁਹਾਡੀ ਹਰ ਗੱਲ ਮੰਨੂਗੀ ਮੈਂ। ਇੱਕ ਵਾਰ ਮੈਨੂੰ ਜਾਗਰ ਕੋਲ ਜਾਏ ਆਉਣ ਦੋ ਬਸ, ਇੱਕ ਵਾਰ ਜਾਏ ਆਉਣ ਦੋ। ਤੂੰ ਕਿਤੇ ਨਹੀਂ ਆਏਗੀ? ਅਰੇ ਬਈਆ, ਤੇ ਮੇਰੀ ਗੱਲ ਸੁਣੋ ਓਏ, ਜਿੰਨੇ ਤੋਂ ਮੈਂ ਪੈਸੇ ਲੈਣੇ ਆਪਣੇ ਪਿੰਡ ਚੋਂ, ਮੈਂ ਉਹ ਪੈਸੇ ਲੈ ਆਵਾਂ ਜਾ ਕੇ, ਤੇ ਆਪਾਂ ਇਹ ਪਿੰਡ ਛੱਡ ਕੇ ਹਮੇਸ਼ਾ ਹਮੇਸ਼ਾ ਵਾਸਤੇ ਚਲੇ ਜਾਣਾ ਬਾਪੂ ਹੋਰਾਂ ਕੋਲ, ਤੇ ਆਪਾਂ ਮੁੜ ਕੇ ਕਦੇ ਆ ਪਿੰਡ 'ਚ ਪੈਰ ਨਹੀਂ ਪਾਉਣਾ ਜੇ। ਅਰ ਜੇ ਤੇ ਨਿਗਾਹ ਰੱਖਣੀ ਹੈ ਕਿਤੇ ਇਹ ਵੀ ਕਿਧਰੇ ਫਰਾਰ ਹੋ ਜਾਏ, ਨਹੀਂ ਤਾਂ ਮੈਂ ਤੁਹਾਡੀਆਂ ਵੀ ਲੱਤਾਂ ਨਾਲ ਹੀ ਵੱਢ ਸੁੱਟਣਾ ਹੀ ਆ। ਮੈਂ ਆ ਕੇ ਨਿਗਾਹ ਰੱਖੇ ਹੋਏ ਤੇ ਦੇਖ ਪ੍ਰਸਿੰਦੀਏ, ਤੂੰ ਏਦਾਂ ਦੇ ਕਿਉਂ ਚੱਕਰਾਂ 'ਚ ਪਈ ਹੈ? ਇਹੋ ਜਿਹਾ ਤੇਰੇ ਤੇ ਜਾਗਰ ਨੇ ਕੀ ਜਾਦੂ ਕਰਤਾ? ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ, ਮੇਰੀ ਵਾਰੀ ਤੂੰ ਵਿਆਹ ਨੂੰ ਹਾਂ ਨਹੀਂ ਕਰਦੀ ਤੇ ਜਾਗਰ ਵਾਰੀ ਤੂੰ ਸਾਰਿਆਂ ਨਾਲ ਵੈਰ ਪਾਉਣ ਨੂੰ ਫਿਰਦੀ ਹੈ, ਇਹ ਸਾਲੀ ਕਿੱਧਰ ਦੀ ਗੱਲ ਹੋਈ? ਹੋਰ ਯਾਰ ਪ੍ਰਸਿੰਦੀਏ, ਕਰਦੇ ਹਾਂ ਇਹਦੇ ਨਾਲ ਵਿਆਹ ਕਰਾਉਣ ਨੂੰ, ਇਹ ਵੀ ਤੈਨੂੰ ਬਹੁਤ ਪਿਆਰ ਕਰਦਾ ਹੈ। ਦੇਖ ਬਾਈ, ਆਪਣੀ ਪ੍ਰਸਿੰਨੀ ਸਰਦਾਰ ਕੋਲ ਜਾਏਗੀ ਤਾਂ ਜ਼ਰੂਰ ਆ, ਆਪਾਂ ਨੂੰ ਇਹ ਤੇ ਨਜ਼ਰ ਰੱਖਣੀ ਪਏਗੀ। ਬਾਕੀ ਤੂੰ ਸੋਚ ਨਾ ਕਰ, ਤੇਰੇ ਵਿਆਹ ਦੀ ਗੱਲ ਆਪਾਂ ਉਹਦੇ ਬਾਪੂ ਨਾਲ ਕਰਾਂਗੇ ਜਾ ਕੇ ਉੱਥੇ। ਗੱਲ ਤਾਂ ਤੇਰੀ ਠੀਕ ਹੈ, ਬਾਪੂ ਨਾਲ ਹੀ ਕਰਨੀ ਪਏਗੀ, ਵਿਆਹ ਤਾਂ ਤੇਰੇ ਨਾਲ ਕਰਾਏਗੀ, ਕਰਾਉਂਦੀ ਤਾਂ ਕਿਉਂ ਨਹੀਂ ਏ। ਹਾਏ ਓਏ ਰੱਬਾ, ਓਏ ਮੈਂ ਤੇਰਾ ਕੀ ਮਾੜਾ ਕਰਤਾ ਓਏ, ਪਹਿਲਾਂ ਤਾਂ ਤੈਨੇ ਮੇਰੇ ਮਾਂ ਬਾਪ ਖੋਲੇ,
ਓਏ ਹੁਣ ਜੇ ਕੋਈ ਮੇਰੀ ਜ਼ਿੰਦਗੀ 'ਚ ਆਇਆ ਤੀ ਤੂੰ ਉਹਨੂੰ ਵੀ ਖਾਣੂ ਫਿਰਦਾ ਹੈ। ਹਾਏ ਓਏ ਜਾਗਰ ਆ, ਜੇ ਤੂੰ ਇੱਥੇ ਹੀ ਬੈਠਾ ਰਹਿ ਗਿਆ ਸਾਰੀ ਉਮਰ ਪਛਤਾਵੇਂਗਾ, ਪਤਾ ਨਹੀਂ ਪਰਸੀਨੀ ਨਾਲ ਕੀ ਲੱਗ ਰਿਹਾ ਹੁਣ। ਉਹਨਾਂ ਨੂੰ ਕੀ ਪਤਾ ਲੱਗਣਾ। ਬਈ ਪਸੀਨੀ ਨਹੀਂ ਆਉਂਦੀ ਆ ਉਹ? ਇਹ ਹਾਂ ਆਉਂਦੀ ਆ, ਮੈਂ ਅੱਜ ਮੌਕਾ ਆਪਣੇ ਕੋਲੇ ਕੰਮ ਅੱਜ ਆਪਾਂ ਕਰਾਂਗੇ, ਨਾਮ ਜਾਗਰ ਦਾ ਆਊਗਾ। ਚੱਲ ਫਿਰ ਦੇਖਦੇ ਹਾਂ ਚੱਕਦੀ ਆ ਜਾ। ਰੁਕ, ਬੜੀ ਅੱਗ ਲੱਗੀ ਆ ਤੈਨੂੰ ਜਾਗਰ ਨੂੰ ਮਿਲਣ ਦੀ, ਦੋ ਪਿਆਰ ਦੀਆਂ ਗੱਲਾਂ ਸਾਡੇ ਨਾਲ ਵੀ ਕਰ ਲਾ। ਜਾਣ ਦੋ ਮੈਨੂੰ, ਮੇਰਾ ਰਾਸਤਾ ਨਾ ਰੋਕੋ। ਅੱਜ ਨਹੀਂ ਤੈਨੂੰ ਜਾਣ ਦਿੰਦੇ, ਜਾਣ ਤੂੰ ਭੁੱਲ ਜਾ। ਜਾਣ ਦੋ ਮੈਨੂੰ, ਮੈਨੂੰ ਪਤਾ ਹੈ ਸਾਰਾ ਕਰਿਆ ਕਤਰਿਆ ਤੁਹਾਡਾ ਹੀ ਆ, ਨਹੀਂ ਇੱਥੇ ਕੁਛ ਹੋਰ ਹੋ ਜਾਊਗਾ। ਅੱਛਾ ਤੇ ਹੁਣ ਤੈਨੂੰ ਪਤਾ ਲੱਗਿਆ ਦੀਪਾ? ਲਾਵੇ ਬਾਈ ਪਿਆਰ ਨਾਲ ਨਹੀਂ ਮੰਨਣਾ ਹੈਗਾ ਇਹਨੇ। ਜਾਣ ਦੋ ਮੈਨੂੰ, ਇਹਦਾ ਕੁਛ ਨਾ ਕੁਛ ਹੀ ਕਰਨਾ ਪਊਗਾ ਆਪਾਂ ਨੂੰ। ਮੈਨੂੰ ਜਾਣ ਦੋ, ਜਾਣ ਦੋ ਮੰਨਣਾ ਬਾਈ, ਲੱਗ ਤੱਕੇ ਨਾਲ ਲਿਜਾਣਾ ਪਊਗਾ ਤੈਨੂੰ ਕਿਤੇ। ਸਹੀ ਗੱਲ ਆ, ਇੰਨੀ ਮੱਤਰੀ ਦਾ ਮੇਰੇ ਲੱਪੜ ਮਾਰਿਆ। ਜਾਗਰਾ, ਓਏ ਦੀਪਾ, ਉਹ ਬਾਈ ਉਹ ਜਾਗਰ ਆ ਗਿਆ ਓਏ। ਜਾਗਰਾ, ਇਹਦੀ ਝੱਟ ਆਪਾਂ ਫੇਰ ਦੇਖਾਂਗੇ, ਠੀਕ ਆ? ਚੱਲ ਆ ਜਾ ਚੱਲੀ ਆਪਾਂ ਉਰੋਂ। ਹੋਰ ਕੀ ਭੱਜ ਰਿਹਾ, ਖੜ ਜਾ, ਦੇਖਾਂਗੇ ਤੇਰੀ ਝੱਟ ਫੇਰ। ਜਾਗਰਾ, ਆ ਗਿਆ ਪਰਸੀਨੀ, ਆ ਗਿਆ, ਖੜ ਜਾ ਖੜਾ। ਪਰਸੀਨੀ ਤੈਨੂੰ ਕੀ ਕਹਿੰਦੇ ਤੇ, ਨਹੀਂ ਮੈਂ ਜਲਦੀ ਨੂੰ ਮਾਰ ਦੂੰ ਦੀ ਭੋਲਦੀ ਆ ਨਹੀਂ। ਛੱਡ ਜਾਗਰਾ, ਜਾਣ ਦੇ, ਇਹਨਾਂ ਵਰਗੇ ਸੌ ਫਿਰਦੇ ਨੇ। ਪਰਸੀਨੀ ਤੂੰ ਇਹ ਕੀ ਕਰਦੀ ਏ, ਕਿਵੇਂ ਤੇਰੇ ਕਰਦੇ ਕੀ ਕਹਿੰਦੇ? ਛੱਡ, ਆਪਾਂ ਘਰੇ ਜਾ ਕੇ ਗੱਲ ਕਰਦੇ ਆ, ਮੇਰੇ ਪਿੱਛੇ ਨਾ ਜਾਣ ਕਰਦੇ ਮੇਰੇ। ਚੱਲ ਚੱਲੀਏ। ਜਾਗਰਾ, ਬੂਹਾ ਬੰਦ ਕਰ, ਛੱਡ, ਉਹ ਮਗਰ ਆ ਜਾਣਗੇ ਆਪਣੇ। ਜਾਗਰਾ, ਕੀ ਹੋ ਗਿਆ ਪਰਸੀਨੀ, ਕੀ ਕਹਿੰਦੇ ਕਰਦੇ ਤੇਰੇ? ਜਾਗਰਾ, ਆਪਣਾ ਵਿਆਹ ਨਹੀਂ ਹੋ ਸਕਦਾ। ਕਦੋਂ ਕੀ ਗੱਲ ਹੋ ਗਈ, ਕਰਦੇ ਤੇਰੇ ਮੰਨੇ ਨੇ? ਤੈਨੂੰ ਮੈਨੂੰ ਭੁੱਲਣਾ ਪੈਣਾ ਜਾਗਰਾ, ਇਹ ਲੋਕਾਂ ਨੇ ਆਪਣਾ ਵਿਆਹ ਨਹੀਂ ਹੋਣ ਦੇਣਾ। ਪਰਸੀਨੀ, ਤੂੰ ਇਹ ਕੀ ਕਹਿ ਰਹੀ ਹੈ? ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਉਣਾ, ਉਹਦਾ ਮੈਨੂੰ ਕੁਛ ਮਰਜ਼ੀ ਕਰਨਾ ਪੈ ਜੇ। ਜਾਗਰਾ, ਤੂੰ ਮੰਨਦਾ ਕਿਉਂ ਨਹੀਂ, ਮੈਂ ਤੈਨੂੰ ਇੱਥੇ ਬਸ ਆਖਰੀ ਵਾਰ ਮਿਲਣ ਆਈ ਹਾਂ ਅੱਜ, ਆਪਣਾ ਵਿਆਹ ਨਹੀਂ ਹੋ ਸਕਦਾ, ਅਸੀਂ ਅੱਜ ਤੋਂ ਚੱਲੇ ਜਾਵਾਂਗੇ। ਮੈਂ ਪਰਸੀਨੀ ਤੈਨੂੰ ਕਿਤੇ ਨਹੀਂ ਜਾਣ ਦਿੰਦਾ, ਆਪਾਂ ਘਰ ਬਾਰ ਸਾਰਾ ਕੁਛ ਛੱਡ ਕੇ ਆਪਾਂ ਕਿਤੇ ਦੂਰ ਭੱਜ ਜਾਵਾਂਗੇ। ਪਰਸੀਨੀ ਹੈ ਜਾਗਰਾ, ਤੂੰ ਸਮਝਦਾ ਕਿਉਂ ਨਹੀਂ, ਆਪਾਂ ਜਾਵਾਂਗੇ ਕਿੱਥੇ ਨਾਲੇ, ਮੈਂ ਸਾਰਾ ਕੁਛ ਛੱਡ ਕੇ ਤੇਰੇ ਨਾਲ ਕਿਵੇਂ ਚੱਲੀ ਜਾਵਾਂ, ਮੈਨੂੰ ਇਹ ਦੱਸ ਤੂੰ। ਪਰਸੀਨੀ, ਤੂੰ ਮੈਨੂੰ ਪਿਆਰ ਤਾਂ ਕਰਦੀ ਹੈ, ਤੂੰ ਮੇਰੇ ਨਾਲ ਵਿਆਹ ਤਾਂ ਕਰਾਵੇਂਗੀ? ਬਸ ਫਿਰ ਤੂੰ ਚੁੱਪ ਕਰ ਜਾ, ਤੂੰ ਆ ਜਾ। ਜਾਗਰਾ, ਆਪਾਂ ਜਾਵਾਂਗੇ ਕਿੱਥੇ ਇਹ ਤਾਂ ਦੱਸ ਦੇ। ਕੋਈ ਨਾ, ਜਾਵਾਂਗੇ ਤਾਂ ਹੈਗੇ, ਤੇਰੇ ਕੋਲ ਕੱਪੜੇ ਕੁੱਪੜੇ ਨੇ, ਲੈ ਉਹ ਭਰ ਲੈ ਤੂੰ। ਹਾਂ ਸੱਚ, ਇੱਕ ਦਿਨ ਮੈਂ ਆਪਣਾ ਪੀਪਾ ਭੁੱਲ ਗਈ ਸਾਂ ਨਾ ਇੱਥੇ, ਉਹ ਕਿੱਥੇ ਆ? ਉਰੀ ਪਿਆਉਣਾ ਕਿਤੇ, ਇਹਨੇ ਤਾਂ ਕੱਪੜੇ ਪਾ ਲਿਆ। ਚੱਲ ਮੈਂ ਦੇਖਦੀ ਹਾਂ। ਲੈ ਕਰਮ ਵਾਲਿਆ, ਅੱਜ ਨਾ ਸਾਥ ਛੱਡਦੀ, ਅੱਜ ਤੇਰੀ ਬਹੁਤ ਲੋੜ ਹੈ। ਉਹ ਚੱਲ ਪਾ ਬਾਬਾ, ਕਿਰਾਏ ਨੂੰ ਚਲਾ ਦੇ, ਸਾਰੀ ਦੁਨੀਆਂ ਨੂੰ ਪਿੱਛੇ ਰੋਲ ਦੂੰਗਾ। ਪਰਸੀਨੀ, ਆਇਆ ਛੇਤੀ ਵਾਲਾ।
ਕੱਪੜੇ ਦਾ ਜਾਗਰਾ ਮੈਨੂੰ ਲੱਭੇ ਕੋਈ ਨਹੀਂ ਕਿਤੇ। ਤੂੰ ਛੱਡ ਤੂੰ ਬਹਿ ਜਾ ਕਰਾਂ। ਬਸ ਚੁੰਨੀ ਲੱਭੀ ਕੱਲੀ। ਕੋਈ ਨਾ ਮਹਾ ਤੂੰ ਬਹਿ ਜਾ ਕਰਾਂ, ਸਾਰੀ ਦੁਨੀਆਂ ਨੂੰ ਪਿੱਛੇ ਰੋਲ ਦੂੰ ਮੈਂ। ਲੈ ਪਰਸੀਨੀਆ ਮੈਂ ਜਿੰਦਾ ਲਾ ਦਾਂ ਖਰਚਾ। ਕਦੋਂ ਆਪਣਾ ਵਿਆਹ ਹੋ ਗਿਆ ਫਿਰ ਤਾਂ ਪੱਕਣੇ ਆਵਾਂਗੀ। ਜਾਗਰਾ ਜਲਦੀ ਲਾ ਦੇ। ਮੈਨੂੰ ਪਤਾ ਕਿੱਥੇ ਗਈ ਹੋਣੀ ਏ। ਆਜੋ ਮੇਰੇ ਮਗਰ। ਭਜਾ ਲਾ ਭਰਾ ਇਹਨੂੰ ਤੇ ਇੰਨੀ ਹੌਲੀ ਕਿਉਂ ਚੱਲਣਾ, ਇੱਧਰ ਦੇ ਪੀਸੇ ਨੂੰ ਕਿੱਥੋਂ ਫੜ ਲਾਂਗੇ ਆਪਾਂ। ਉਹ ਛੇਤੀ ਕਰ ਯਾਰ ਇਹਨੂੰ ਤੋੜ ਲੈ ਤੇ ਤੂੰ ਚਲਾ ਲੈ। ਤੂੰ ਤੇ ਆਪ ਖਾ ਖਾ ਕੇ ਕੱਟੇ ਵਰਗਾ ਹੋਏ, ਅੱਧੇ ਮਹੀਨੇ ਦੀ ਤੂੰ ਰੋਟੀ ਖਾ ਜਾਂਦੇ। ਉਹ ਰੋਕ ਲੈ ਭਰਾ, ਘਰ ਆ ਗਏ ਉਹਨਾਂ ਦਾ। ਉਹ ਚੱਲ ਉੱਤਰ ਲੈ, ਉੱਤਰ ਲੈ ਛੇਤੀ। ਚੱਲ ਚੱਲ ਚੱਲ, ਉਹ ਆ ਜਾ ਥੱਲੇ ਆ ਜਾ। ਹਾਂ ਇਹ ਪ੍ਰਸਿੰਨੀਏ, ਚੱਲ ਫਿਰ ਹੁਣ ਲੱਭ ਲਈਏ ਕਿਤੇ। ਫਿਰ ਕਿੱਥੇ ਚੱਲ ਪਈਏ? ਗੱਡੀ ਲੈ ਕੇ ਚੱਲਨੇ ਆ ਆਪਾਂ ਛੇਤੀ। ਤੂੰ ਮੋੜ ਲੈ ਭਰਾ ਉਹਨੂੰ, ਉਹ ਬਹਿ ਜਾ ਤੂੰ ਅੱਗੇ ਨੂੰ, ਹੋ ਜਾ ਅੱਗੇ ਨੂੰ। ਇਹ ਸਾਰੇ ਪੰਗੇ ਤੇਰੇ ਕਰਕੇ ਪਏ ਆ। ਫਿਰ ਹੁਣ ਕੀ ਕਰੀਏ? ਹੁਣ ਵੇਖਣਾ ਤਾਂ ਪਏਗਾ ਉਹਨੂੰ ਕਿਤੇ। ਕਿੱਥੇ ਵੇਖੀ ਉਹਨਾਂ ਨੂੰ, ਐਂ ਥੋੜੀ ਲੱਭੇਗੀ। ਹੁਣ ਗੱਡੀ ਗੁੱਡੀ ਲੈ ਕੇ ਕਿਸੇ ਪਾਸੇ ਪਿਆ ਲੈ ਨੂੰ ਭਰਾ। ਯਾਰ ਕੀ ਕਰਦਾ ਪਿਆ ਤੂੰ? ਹੁਣ ਉਹਦੇ ਬਾਪ ਨੂੰ ਕੀ ਮੂੰਹ ਵਿਖਾਵਾਂਗੇ? ਉਹਦੇ ਬਾਪ ਨੂੰ ਕੀ ਮੂੰਹ ਵਿਖਾਉਣਾ ਏ? ਤੇਰੇ ਅੱਗੇ ਤੇਰਾ ਮੂੰਹ ਕਿੰਨੇ ਕੁ ਸੋਹਣਾ ਏ ਜਿਹੜਾ ਉਹਦੇ ਬਾਪ ਨੂੰ ਵਿਖਾਉਣਾ ਏ। ਤੇ ਫਿਰ ਹੁਣ ਕਰਨਾ ਤੇ ਪਏਗਾ ਕੋਈ ਹਿੱਲਾ। ਓਏ ਭਰਾ ਰੋਕੀ ਰੋਕੀ, ਓਏ ਉਹੀ ਬੰਦਾ ਏ ਜਿਹੜਾ ਉਹ ਆਪਣੇ ਲਈ ਆਇਆ ਸੀ ਉਹ ਮੋਟੀ ਜੀ ਨਾਲ, ਤੇ ਆਪਣੂ ਕਹਿੰਦੇ ਆ ਜੀ ਤੇ ਕੁੜੀ ਉਹਨਾਂ ਦੇ ਜਾਂਦੀ ਏ, ਉਹ ਖੜੇ ਇਹਦੇ ਵਿੱਚ ਚੱਲਦੇ ਆ। ਤੇ ਕੋਲ ਚੱਲਦੇ ਯਾਰ, ਪੁੱਛਨੇ ਇਹਦੇ ਬਾਰੇ। ਚੱਲ ਚੱਲ ਭਰਾ ਤੋੜ ਲੈ ਯਾਰ, ਕੀ ਕਰਦਾ ਪਿਆ ਏ ਤੂੰ? ਤੈਨੂੰ ਅਗਲੇ ਕੁੜੀ ਜਾ ਲਿਆ ਕਰ ਯਾਰ ਗੱਡੀ ਨੂੰ, ਇਹਦੇ ਕੋਲ ਰੋਕ ਰੋਕ ਰੋਕ। ਭਰਾ ਗੱਲ ਸੁਣ। ਓਏ ਹਾਂ ਬਾਈ, ਉਹ ਤੂੰ ਉਹੀ ਹੈ ਨਾ ਜਿਹੜਾ ਹੱਡ ਲਵੇ ਆਇਆ ਸੀ ਤੇ ਕਹਿੰਦਾ ਸੀ ਤੁਹਾਡੀ ਕੁੜੀ ਉਹਨਾਂ ਦੇ ਘਰੇ ਜਾਂਦੀ ਏ? ਹਾਂ ਹਾਂ ਮਾਈ ਸੀ ਬਾਈ, ਕੀ ਗੱਲ ਹੋਊਗੀ? ਤੇ ਯਾਰ ਸਾਡੀ ਕੁੜੀ ਨੂੰ ਤਾਂ ਉਹ ਲੈ ਗਏ ਲੱਗਦਾ ਭਜਾ ਕੇ, ਤੇ ਤੈਨੂੰ ਪਤਾ ਹੈ ਕਿੱਥੇ ਹੋਏ ਉਹ? ਚੱਕਰ ਚੱਕਰ ਹਾਂ ਬਾਈ, ਆ ਹੁਣੇ ਲੰਘੇ ਨੇ 10-15 ਮਿੰਟ ਹੋ ਗਏ ਉਹਨਾਂ ਨੂੰ, ਉਹ ਪਿੱਛੇ ਬੈਠੀ ਜਾਂਦੀ ਸੀ ਪਰਸੀਨੀ। ਮੈਨੂੰ ਤਾਂ ਐ ਲੱਗਿਆ ਮਾਂ ਕਹਿੰਦੇ ਉਹ ਸਾਨੂੰ ਘਰੇ ਛੱਡਣ ਗਿਆ ਆਪਦੇ। ਆ ਦੇਖ ਲੈ ਭਰਾ ਆਪਣਾ ਦਾ ਨੱਕ ਡੋਬਤੇ ਉਹਨੇ। ਤੋੜ ਲੈ ਇਹਨੂੰ।
ਪਰਸੀਨੀ ਹੈ, ਤੂੰ ਤਾਂ ਕਹਿੰਦੀ ਮੇਰਾ ਕੋਈ ਭਾਈ ਹੈ ਨੀ, ਆ ਤੇਰੇ ਇੰਨੇ ਭਾਈ ਕਿੱਥੋਂ ਆ ਗਏ? ਮੇਰੇ ਭਾਈ ਨੀ, ਮੇਰੇ ਚਾਚੇ ਦੇ ਮੁੰਡੇ ਨੇ ਤੇ ਕੁਛ ਇਹਨਾਂ ਦੇ ਰਿਸ਼ਤੇਦਾਰ ਨੇ। ਅੱਛਾ, ਪਰਸੀਨੇ ਮੈਨੂੰ ਦੱਸ ਦਿੰਦੇ ਛੋਟੇ ਛੋਟੇ ਟੱਬਰਾ। ਚੱਲ ਹੁਣ ਜਿਹੜਾ ਕੁਛ ਹੋਣਾ ਸੀ ਹੋ ਗਿਆ, ਮੈਨੂੰ ਐਂ ਦੱਸ ਆਪਾਂ ਜਾਣੇ ਕਿੱਥੇ ਆ ਹੁਣ? ਜਾਣਾ ਕਿੱਥੇ ਆ, ਕੀ ਹੋ ਗਿਆ? ਤੈਨੂੰ ਬਥੇਰਾ ਸਮਝਾਇਆ ਸੀ, ਤੈਨੂੰ ਕੀ ਲੱਗਾ ਤੇ ਤੂੰ ਸਾਡੀ ਕੁੜੀ ਭਜਾ ਕੇ ਲੈ ਜਾਏਗਾ ਤੇ ਅਸੀਂ ਹੱਥਾਂ ਦੇ ਹੱਥ ਧਰ ਕੇ ਘਰ ਵਹਿ ਜਾਵਾਂਗੇ? ਉਹ ਮੇਰੀ ਗੱਲ ਤਾਂ ਸੁਣ ਲਓ ਬਾਈ ਤੁਸੀਂ, ਮੈਂ ਤਾਂ ਕਹਿੰਦਾ ਵਿਆਹ ਕਰਨ ਨੂੰ ਤਿਆਰ ਸੀ, ਤੁਸੀਂ ਯਾਰ ਕਹਿੰਦੇ ਧੱਕਾ ਕਰੀ ਜਾਂਦੇ ਮੇਰੇ ਨਾਲ, ਯਾਰ ਤੇਰੀ ਕੀ ਗੱਲ ਸੁਣ ਲਈ ਓਏ ਇਹਦੀ ਸਾਰੀ ਨੀ ਵਜ੍ਹਾ ਕੀ ਹੈ? ਤੈਨੂੰ ਪਹਿਲਾਂ ਸਮਝਾਇਆ ਸੀ, ਛੱਡੋ ਨਾ, ਮਾਰ ਦੋ, ਮਾਰ ਦੋ ਸਾਰੇ ਨੂੰ। ਚਲੋ ਚੱਲੀਏ, ਮਰ ਜੂਗਾ, ਆ ਚੱਲੀਏ, ਚੱਲ ਹਟ ਜਾ ਰਹੇ ਇਹਨੂੰ ਇੱਕ ਪਾਸੋਂ। ਪਰਸੀਨੀ ਹੁਣ ਦੇਖ, ਤੇਰਾ ਬਹੁਤ ਨਾਟਕ ਹੋ ਗਏ, ਹੁਣ ਤੂੰ ਚੁੱਪ ਕਰਕੇ ਬਹਿ, ਤੈਨੂੰ ਪਿਆਰ ਨਾਲ ਸਮਝਾ ਲਿਆ ਮੈਨੇ ਬਹੁਤ, ਹੁਣ ਤੇਰੀ ਛਿੱਤਰ ਪਰੇਡ ਹੋਣੀ ਹੈ। ਤੂੰ ਗੱਲ ਕੋਈ ਸਮਝਦੀ ਕੋਈ ਨੀ ਹੈਗੀ, ਜਾਵੇ ਤੈਨੂੰ ਜਾਗਰ ਰਹੇ ਜਾਂਦਾ ਏ, ਚੁੱਪ ਕਰ ਜਾ ਬਾਈ। ਇਹਨੂੰ ਇਹਦੇ ਬਾਪੂ ਕੋਲ ਲੈ ਕੇ ਚੱਲਦੇ ਆ, ਉਹੀ ਇਹਨੂੰ ਪਤਾ ਦੱਸੇਗਾ ਬੜਾ ਇਹ ਜਾਗਰ ਜਾਗਰ ਕਰਦੀ ਏ। ਜੱਗੇ ਬਾਈ, ਆਪਾਂ ਆਪਣਾ ਉੱਥੋਂ ਮਾਲ ਡੰਗਰ ਤਾਂ ਛੇੜ ਲਈਏ ਜਾਂ ਇਹਦੇ ਬਾਪੂ ਕੋਲ ਚੱਲੀਏ? ਉਹ ਯਾਰ ਤੂੰ ਤੋਰ ਲੈ ਇਹਨੂੰ ਯਾਰ, ਆਪਣੀ ਜੇ ਇੱਜ਼ਤ ਰੁਲੀਏ, ਤੈਨੂੰ ਡੰਗਰ ਬੱਚੇ ਦੀ ਪਈ ਆ, ਕਿਧਰੇ ਨੀ ਖਾਂਦਾ ਡੰਗਰ ਬੱਚੇ ਨੂੰ ਕੋਈ, ਫੇਰ ਲੈ ਜਾਂਗੇ ਜੇ। ਓਏ ਤੂੰ ਚੁੱਪ ਕਰ ਜਾ, ਮੈਂ ਤੇਰਾ ਮੁੱਕੀ ਮਾਰਨੀ ਆ ਹੁਣ। ਕਮਾਲ ਕਰਦੀ ਤੂੰ, ਤੋੜ ਲੈ ਯਾਰ ਇਹਨੂੰ ਗਾਂ ਕੱਦ ਕੇ, ਬਜਾ ਲੈ ਮੇਰਾ ਭਰਾ। ਹੈ ਆਹ ਬੰਦਾ ਆ ਕਿਵੇਂ ਗਿਰਿਆ ਪਿਆ, ਕੀ ਗੱਲ ਹੋ ਗਈ? ਚੱਲ ਦੇਖੀਏ ਤਾਂ ਜਾ ਕੇ। ਉਹ ਬਾਈ ਕਿਹੜਾ ਤੂੰ, ਉਹ ਸੱਟ ਫੇਰ ਤਾਂ ਹੀ ਲੱਗੀ, ਚੱਲ ਖੜਾ ਹੋ। ਕਿਹੜਾ ਪਿੰਡਾ ਬਾਈ ਤੇਰਾ, ਸੱਟ ਫੇਰ ਤਾਂ ਹੀ ਲੱਗੀ? ਨਾ ਬਾਈ, ਬਾਈ ਮੇਰਾ ਮੋਟਰਸਾਈਕਲ ਸਟਾਰਟ ਕਰਦੇ ਬਾਈ। ਉਹ ਤੂੰ ਕਿਵੇਂ ਚਲਾ ਲੇਗਾ ਯਾਰ ਮੋਟਰਸਾਈਕਲ, ਤੂੰ ਕਿਵੇਂ ਦਾ ਡਿੱਗਿਆ ਪਿਆ ਸੀ? ਉਹ ਨਾ ਬਾਈ ਮੈਂ ਚਲਾ ਲੂੰਗਾ ਬਾਈ। ਚਲਾ ਲੇਗਾ? ਹਾਂ ਬਾਈ ਚਲਾ ਲੂ। ਉਹ ਮੈਂ ਛੱਡਾਂ, ਮੈਨੂੰ ਪਿੰਡ ਦੱਸ ਦੇ ਕਿਹੜਾ ਤੇਰਾ। ਬਾਈ ਮੈਂ ਨਾਲ ਦੇ ਪਿੰਡ ਦਾ, ਮੈਂ ਭੱਗ ਜੂੰਗਾ ਬਾਈ, ਮੇਰਾ ਮੋਟਰਸਾਈਕਲ ਸਟਾਰਟ ਕਰ। ਉਹ ਫਿਰ ਕਿੱਡੀ ਗੱਲ ਆ, ਮੈਂ ਛੱਡਾਂ ਨਾ ਯਾਰ ਤੈਨੂੰ। ਕੋਈ ਨਾ ਬਾਈ, ਧੰਨਵਾਦ ਤੇਰਾ, ਮੈਨੂੰ ਮੋਟਰਸਾਈਕਲ ਸਟਾਰਟ ਕਰਕੇ ਦੇ ਦੇ ਬਾਈ। ਚਲਾ ਆਇਆ ਫਿਰ, ਮੈਨੂੰ ਠੀਕ ਨਹੀਂ ਲੱਗਦਾ ਯਾਰ, ਤੂੰ ਮੈਂ ਛੱਡਾਂ ਨਾ ਤੈਨੂੰ। ਨਾ ਠੀਕ ਆ ਬਾਈ, ਕਿਹੜੀ ਸਟਾਰਟ।
ਦੇਖੀ ਬਾਈ ਮੈਂ ਛੱਡਿਆ ਯਾਰ, ਤੂੰ ਰੇ ਪਾਣੀ ਤਾਂ ਨੀ ਪੀਣਾ ਯਾਰ? ਨਾ ਬਾਈ ਮੈਂ ਬਾਹਰ ਸੁੱਟਾਂ ਬਾਈ, ਮੈਂ ਵਗ ਜਾਏਗਾ ਕੋਈ, ਆ ਨਿਕਲ ਗਿਆ ਤੇਰਾ, ਆ ਪਾ ਦੇ ਚ, ਮੈਂ ਛੱਡਾਂ ਨਾ, ਕੋਈ ਨਾ ਬਾਈ ਕੋਈ ਨਾ, ਚੱਲ ਭਾਈ ਦੇਖੀ ਬਾਈ ਤਾਂ ਪਤੰਦਰਾ ਖਾਸ ਹੀ ਲੱਗਦਾ, ਓਵਰਲੋਡ ਹੋ ਰਿਹਾ। ਆ ਚੱਕ ਲੈ, ਉਹ ਦੇਖ ਕੇ ਜਾਈ ਬਾਈ ਦੇਖ ਕੇ, ਉਈ ਨਾ ਸੱਟ ਫੇਟ ਖਾ ਲਈ ਕਿਤੇ। ਸਾਲੀ ਇੱਕ ਗੱਲ ਸਮਝ ਨਹੀਂ ਲੱਗੀ, ਮੋਟਰਸਾਈਕਲ ਵੀ ਖੜਿਆ ਤੀ ਆ, ਇਹ ਸੱਟਾਂ ਕਿਵੇਂ ਲੱਗੀਆਂ? ਨਾ ਇਹਨੇ ਕੋਈ ਦਾਰੂ ਪਹਿਲਾਂ ਪੀਤਾ ਹੋਇਆ ਤੀ। ਚੱਲ ਮਨਾ, ਦੁਨੀਆਦਾਰੀ ਹੈ, ਆਪਾਂ ਤਾਂ ਆਪਦਾ ਕੰਮ ਕਰਦੇ ਹਾਂ। ਚੱਲ ਬਸ ਕਰ, ਰੋਕ ਲੈ ਇਹਨੂੰ, ਚੱਲ ਉੱਤਰ ਥੱਲੇ, ਚੱਲ ਇਹ ਚੁੱਪ ਕਰ ਜਾ, ਇਹਨੂੰ ਬੈਠ ਉਰੇ। ਉਹ ਜੱਗੇ ਕੀ ਹੋਇਆ, ਤੁਸੀਂ ਇੱਥੇ ਕਿਵੇਂ ਆਏ ਹੋ ਤੇ ਪ੍ਰਸਿੰਨੀ ਤੂੰ ਰੋ ਕਿਉਂ ਰਹੀ ਹੈ? ਉੱਥੇ ਦੱਸਤਾ ਗੱਲ ਕੀ ਹੋਈ ਹੈ, ਦੱਸੋ ਜੱਗੇ ਕੀ ਗੱਲ ਹੋਈ ਹੈ? ਮੈਂ ਦੱਸਦਾ ਬਾਪੂ ਤੈਨੂੰ, ਇਹਦੀ ਕਰਤੂਤ ਆ, ਇਹ ਕਿੱਥੇ ਕਿੱਥੇ ਖੇਹ ਖਾਂਦੀ ਫਿਰਦੀ ਹੈ, ਆਪਣੀ ਇੱਜ਼ਤ ਨੂੰ ਨਾ ਦਾਗ ਲਵਾਉਣ ਲੱਗ ਰਹੀ ਹੈ ਇਹ। ਇਹ ਕੀ ਕਰਤਾ ਇਹ ਪ੍ਰਸੀਨੀ, ਤੂੰ ਤਾਂ ਇੰਨੀ ਸਿਆਣੀ ਹੁੰਦੀ ਸੀ ਤੇ ਤੂੰ ਤਾਂ ਆਪੇ ਕਹਿੰਦੀ ਸੀ ਮੈਂ ਵਿਆਹ ਨਹੀਂ ਕਰਾਉਣਾ, ਮੈਂ ਤੈਨੂੰ ਇੰਨੇ ਲਾਡਾਂ ਨਾਲ ਪਾ ਲਿਆ, ਤੈਂ ਤਾਂ ਮੇਰੀ ਬਰਾਦਰੀ ਸਾਰੀ ਇੱਜ਼ਤ ਰੋਲਤੀ। ਬਾਪੂ ਤੈਨੂੰ ਮੇਰੇ ਤੇ ਯਕੀਨ ਆ ਨਾ, ਮੈਂ ਅੱਜ ਤੱਕ ਕੋਈ ਕੰਮ ਗਲਤ ਨਹੀਂ ਕੀਤਾ ਤੇ ਮੈਂ ਅੱਗੇ ਵੀ ਨਹੀਂ ਕਰੂੰਗੀ। ਉਹ ਇਨਸਾਨ ਬਹੁਤ ਭਲਾ ਹੈ ਬਾਪੂ, ਬਹੁਤ ਚੰਗਾ ਇਨਸਾਨ ਹੈ, ਉਹਨੇ ਮੇਰੇ ਨਾਲ ਕੋਈ ਹਰਕਤ ਗਲਤ ਨਹੀਂ ਕੀਤੀ ਅੱਜ ਤੱਕ, ਸਿਰਫ ਮੈਨੂੰ ਪਿਆਰ ਕਰਦਾ ਤੇ ਮੈਂ ਵੀ ਉਹਨੂੰ ਬਹੁਤ ਪਿਆਰ ਕਰਦੀ ਹਾਂ ਬਾਪੂ, ਤੇ ਉਹ ਮੇਰੇ ਨਾਲ ਵਿਆਹ ਕਰਾਉਣ ਨੂੰ ਕਹਿੰਦਾ ਬਾਪੂ ਮੇਰਾ ਉਹਦੇ ਨਾਲ ਵਿਆਹ ਕਰਾ ਦੇ, ਤੁਸੀਂ ਮੈਨੂੰ ਸਮਝਦੇ ਕਿਉਂ ਨਹੀਂ ਹੋਈ, ਕਿਉਂ ਮੇਰੇ ਪਿੱਛੇ ਪਏ ਹੋ ਤੁਸੀਂ? ਪ੍ਰਸੀਨੀ ਤੂੰ ਉਹਨਾਂ ਦੀਆਂ ਗੱਲਾਂ 'ਚ ਕਿਵੇਂ ਆ ਗਈ? ਜੇ ਤੂੰ ਵਿਆਹ ਹੀ ਕਰਾਉਣਾ ਤੀ ਮੈਨੂੰ ਦੱਸ ਦਿੰਦੀ, ਮੈਂ ਤੇਰਾ ਆਪ ਵਿਆਹ ਕਰਵਾ ਦੇਣਾ ਸੀ, ਨਾਲੇ ਉਹਨਾਂ ਨਾਲ ਆਪਣਾ ਮੇਲ ਕਿੱਥੇ, ਉਹ ਕਿੱਥੇ ਤੇ ਆਪਾਂ ਕਿੱਥੇ, ਕਦੇ ਖੂਹ ਦੀ ਇੱਟ ਵਿੱਚ ਵਾਰੇ ਨੂੰ ਲੱਗੀ ਦੇਖੀਏ, ਤੇ ਇਹ ਜੇ ਗੱਲ ਆਪਣੀ ਬਰਾਦਰੀ 'ਚ ਚੱਲ ਗਈ ਤੇ ਤੇਰੇ ਨਾਲ ਕਿਸੇ ਨੇ ਵਿਆਹ ਕੋਲ ਨਹੀਂ ਕਰਾਉਣਾ। ਸਿਆਣੀ ਬਣ ਸਿਆਣੀ, ਮੈਂ ਤੇਰਾ ਪਿਓ ਹਾਂ, ਮੈਂ ਤੇਰਾ ਕਦੇ ਮਾੜਾ ਨਹੀਂ ਚਾਹਾਂਗਾ, ਸਿਆਣੀ ਬਣਿਆ ਕਰਦੇ ਨੇ। ਬਾਪੂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ, ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਮੈਂ ਪ੍ਰਸਿੰਨੀ ਨਾਲ ਵਿਆਹ ਕਰਾਉਣ ਨੂੰ ਤਿਆਰ ਹਾਂ। ਓਏ ਤੂੰ ਕੀ ਕਹਿ ਰਿਹਾ, ਤੇਰੀ ਹਿੰਮਤ ਕਿਵੇਂ ਹੋਈ ਪ੍ਰਸਿੰਨੀ ਬਾਰੇ ਗੱਲ ਕਹਿਣ ਦੀ? ਉਹ ਤੂੰ ਤਾਂ ਆਪ ਸਾਡੀ ਰੋਟੀਆਂ ਖਾ ਕੇ ਟਾਈਮ ਪਾਸ ਕਰਦਾ ਹੈ, ਤੂੰ ਪ੍ਰਸਿੰਨੀ ਨਾਲ ਵਿਆਹ ਕਰਾਉਣ ਦੇ ਕਿੱਦਾਂ ਸੁਪਨੇ ਦੇਖ ਲੇਗਾ? ਮੈਂ ਤੇਰਾ ਮੂੰਹ ਕੁੱਟ ਦੇਣਾ ਇਸ ਚੀਜ਼ ਬਾਰੇ ਕਦੇ ਗੱਲ? ਨਾ ਨਾ ਬਾਈ, ਆਪਾਂ ਇਹ ਕੰਮ ਨਹੀਂ ਕਰਨਾ, ਮੈਂ ਆਪਣੇ ਆਪ ਸਮਝਾ ਲਾਂਗਾ ਬਾਈ। ਲੈ ਜਾ ਇਹਨੂੰ ਮੇਰੇ ਅੱਖਾਂ ਤੋਂ ਪਰਾਂ, ਜੇ ਮੈਨੂੰ ਦੇਖਿਆ ਕਦੇ ਮੈਂ ਇਹਦੀਆਂ ਲੱਤਾਂ ਵੱਢ ਸੁੱਟਣੀਆਂ ਨੇ, ਆ ਦੇਖ ਲੈ ਬਾਪੂ ਕੀ ਗੱਲਾਂ ਕਰਦਾ ਫਿਰਦਾ ਹੈ, ਆਪਣੇ ਟੁਕੜਿਆਂ ਦੇ ਪਲਕੇ ਅੱਜ ਆਪਣੀ ਕੁੜੀ ਨਾਲੇ ਵਿਆਹ ਕਰਾਉਣ ਨੂੰ ਫਿਰਦਾ ਹੈ। ਹੋਰ ਭਰਾ ਤੂੰ ਮਾੜੀ ਮੋਟੀ ਦੇਖ ਕੇ ਤਾਂ ਗੱਲ ਕਰਨੀ ਸੀ, ਮੈਂ ਤੈਨੂੰ ਕਿਹਾ ਤਾਂ ਸੀ ਕਿ ਮੈਂ ਉਹਦੇ ਬਾਪੂ ਨਾਲ ਆਪਣੇ ਆਪ ਗੱਲ ਕਰ ਲਾਂਗਾ। ਹੋਰ ਯਾਰ ਤੂੰ ਤਾਂ ਉਹੀ ਬੇਇੱਜ਼ਤੀ ਕਰਾਤੀ ਏ। ਹੋਰ ਯਾਰ ਬੇਇੱਜ਼ਤੀ ਤਾਂ ਬੜੀ ਹੋ ਗਈ ਏ, ਕੋਈ ਨਹੀਂ ਬਦਲਾ ਤਾਂ ਮੈਂ ਜ਼ਰੂਰ ਲਾਂਗਾ ਭਾਵੇਂ ਮੈਨੂੰ ਕੁਝ ਮਰਜ਼ੀ ਕਰਨਾ ਪਏ। ਚੱਲ ਆ ਜਾ ਆਪਾਂ, ਚੱਲ ਵੇਖੀ ਚੱਲ ਤੂੰ। ਤੁਸੀਂ ਮੇਰੀ ਗੱਲ ਸੁਣ ਲਓ ਜੇ ਦੋਨੇ ਜਾਣੇ, ਮੈਂ ਵਿਆਹ ਨਹੀਂ ਜੇ ਕਰਾਉਣਾ ਕਿਤੇ ਸਾਰੀ ਜ਼ਿੰਦਗੀ, ਜੇ ਵਿਆਹ ਕਰਾਉਣਾ ਤਾਂ ਜਾਗਰ ਨਾਲ ਹੀ ਕਰਾਉਣਾ, ਨਹੀਂ ਤਾਂ ਮੈਂ ਮਰਨੀ ਮਰ ਜਾਣਾ।
ਦੇਖ ਲੈ ਬਾਪੂ ਇਹ ਕੀ ਬੋਲਣ ਲੱਗ ਰਹੀ ਹੈ, ਇਹਨੇ ਐ ਕੋਈ ਨੀ ਸਮਝਣਾ, ਮੈਨੂੰ ਤਾਂ ਲੱਗਦਾ ਇਹ ਛਿੱਤਰ ਪਰੇਡ ਕਰਨੀ ਪਊ ਹੁਣ। ਤੂੰ ਜਾ ਜੱਗੇ, ਮੈਂ ਆਪੇ ਸਮਝਾ ਦੇਊਂਗਾ ਇਹਨੂੰ, ਤੂੰ ਜਾ। ਮਰਜੀ ਬਾਪੂ ਇਹਨੂੰ ਗੱਲਾਂ ਨਾਲ ਸਮਝਾ ਲੈ, ਕੋਈ ਨੀ ਸਮਝਦੀ, ਇਹਦੇ ਗਲ ਗੁੱਠਾ ਦੇਣਾ ਪਏਗਾ ਫਿਰ ਸਮਝੀ ਕੀ। ਹਾਂ ਤੁਸੀਂ ਮੇਰੇ ਗਲ ਗੁੱਠਾ ਹੀ ਦੇ ਦਿਓ, ਐਦੂ ਵਧੀਆ ਤਾਂ ਮੈਂ ਮਾਰੀ ਜਾਵਾਂ। ਮਾਰ ਕਰਦੀ ਤੂੰ ਤੇ, ਉਹ ਤੂੰ ਕੰਮ ਕਰ ਜੱਗਿਆ। ਬਾਈ ਮੜਾ ਰੁਕੀ ਬਾਈ ਜੀ, ਗੱਡੀਆਂ ਨੀ ਦੇਖ ਕੇ ਸੁਣਿਆ ਤੁਸੀਂ? ਬਾਈ ਇਹ ਪਿੰਡ ਤਾਂ ਨਹੀਂ ਹੈਗੇ, ਅਗਲੇ ਪਿੰਡ ਦੇਖ ਲਾ। ਪਿੱਛੇ ਵੀ ਦੇਖਿਆ ਜੀ ਮੈਂ ਇਹਦਾ ਬਾਈ, ਉਹ ਟੋਬੇ ਵਾਲੇ ਨੇ ਜੇ ਟੋਬੇ ਵਾਲੇ ਅੱਗੇ ਟੋਬੇ ਵਾਲੇ ਠੀਕ ਹੈ ਬਾਈ ਯਾਰ। ਪਤਾ ਨੀ ਕਿੱਥੇ ਹੋ ਗਈ ਪਰਸੀਨੀ, ਪਤਾ ਨੀ ਕਿੱਥੇ ਗੱਲ ਲੈ ਗਏ। ਜੈ ਬਾਬਿਆਂ ਦੀ, ਬਾਬਾ ਕਰ ਕੋਈ ਕਿਰਪਾ, ਬਾਬਾ ਮੈਂ ਥੱਕ ਹਾਰ ਕੇ ਜਿਵੇਂ ਤੇਰੇ ਕੋਲ ਆ ਗਿਆ, ਬਾਬਾ ਮੈਨੂੰ ਪਰਸੀਨੀ ਨਾਲ ਮਿਲਾ ਦੇ। ਮੈਂ ਤਾਂ ਪਿੰਡੋ ਪਿੰਡੋ ਦੇਖ ਲਿਆ ਬਾਬਾ, ਕਿਤੇ ਨਹੀਂ ਥਾਈ, ਉਹਨਾਂ ਦੇ ਘਰ ਦੇ ਪਤਾ ਨਹੀਂ ਕਿੱਥੇ ਲੈ ਗਏ ਕਿੱਥੇ ਨਾ। ਬਾਬਾ ਮੈਂ ਤਾਂ ਥੱਕ ਹਾਰ ਕੇ ਬਾਬਾ ਤੇਰੇ ਕੋਲ ਆ ਗਿਆ, ਕੋਈ ਦਿਖਾ ਰਸਤਾ ਬਾਬਾ, ਕੋਈ ਕਰ ਚਮਤਕਾਰ ਬਾਬਾ, ਨਹੀਂ ਮੈਂ ਜਿਵੇਂ ਥੱਕ ਗਿਆ। ਹੋਰ ਫਿਰ ਮੱਗਰਾ ਸੁਣਾ, ਹਾਲ ਕੀ ਹੈ ਤੇਰਾ? ਠੀਕ ਹੈ ਬਾਈ ਬੁੱਟੇ, ਬਹੁਤ ਵਧੀਆ, ਤੂੰ ਸੁਣਾ? ਉਹ ਇੱਕ ਸੱਚਾ ਝਾਰਨਾ ਕਿੱਥੋਂ ਲਿਆ ਤੂੰ? ਬਹੁਤ ਸੋਹਣਾ ਝਾਰਨਾ ਚੱਕੀ ਫਿਰਦਾ। ਕੀ ਦੱਸਾਂ ਤੈਨੂੰ ਆ ਝਾਰਨੇ ਦੀ ਕਹਾਣੀ, ਇਹਦਾ ਯਾਰ ਨਾਲ ਵਾਲੇ ਪਿੰਡ 'ਚ ਗੱਡੀ ਲਹਾਰ ਆ ਰਹੇ ਤੇ, ਬਾਬੇ ਗੱਡੀ ਲਹਾਰਨ ਦੀ ਇੰਨੀ ਸੋਹਣੀ ਤੀ ਨਾ, ਕਾਹਨੂੰ ਛੇੜੇ ਛੇੜਦਾ, ਮੈਂ ਤਾਂ ਨਾਲ ਤਾਂ ਝਾਰਨਾ ਲਿਆ, ਊਂ ਤਾਂ ਮੇਰੇ ਕੰਮ ਹੈ ਨਹੀਂ ਤੀ ਕੋਈ, ਨਾਲੇ ਮਾਰਿਆ ਗੱਲਾਂ, ਜੇ ਤੂੰ ਦੇਖ ਲੈਂਦਾ ਨਾ ਤੂੰ ਵੀ ਹੱਕਾ ਬੱਕਾ ਰਹਿੰਦਾ, ਇੰਨੀ ਸੋਹਣੀ ਸੀ ਧਰਮ ਤੋਂ ਲਾ ਕੇ। ਅੱਛਾ ਹਾਂ, ਫਿਰ ਉਹੀ ਨਾ ਕਹਿੰਦੇ ਵੀ ਠਰਕ ਭੋਰ ਕੇ ਆਇਆ। ਚੱਲ ਜਿਵੇਂ ਮਰਜ਼ੀ ਲਾ ਲਾ ਠਰਕ ਭੋਰੀ ਲਾ ਲਾ, ਪਰ ਸਵਾਦ ਆ ਗਿਆ ਯਾਰ, ਮੇਰਾ ਤਾਂ ਐਂ ਜੀ ਕਰੇ ਵੀ ਉਹਦੇ ਮੂੰਹ ਕਿ ਨਹੀਂ ਦੇਖੀਏ ਜਾ, ਇੰਨੀ ਸੋਹਣੀ ਸੀ ਧਰਮ ਤੋਂ ਲਾ ਕੇ। ਅੱਛਾ ਹਾਂ, ਭੁੱਖ ਲੈਂਦੀ ਤੀ ਭੁੱਖ। ਅੱਛਾ ਹਾਂ, ਤਾਂ ਬੂਟਾ ਬਣਿਆ ਤਾਂ ਵਧੀਆ ਹੋਇਆ ਨਾ ਜੱਕਰਾ, ਇਹ ਪਰਸੀਨੀ ਦੀ ਗੱਲ ਕਰਦੇ ਨੇ, ਮੈਂ ਕਹਿੰਦਾ ਜਾ ਕੇ ਪੁੱਛਣ ਨਾਲ ਆਪਾਂ ਤਾਂ ਲੈ ਚੱਲਣਾ ਘਰੇ ਕੰਮ ਉਹਨਾਂ ਦੇ। ਮੱਗਰਾ ਬਾਈ ਆ ਕਿੱਥੋਂ ਲਿਆ ਤੁਸੀਂ? ਉਹ ਇਹ ਤਾਂ ਨਾਲ ਦੇ ਪਿੰਡ ਕਰਤਾਰਪੁਰੇ ਤੋਂ ਲੈ ਕੇ ਆਇਆ ਮੈਂ, ਬਹੁਤ ਸੋਹਣੀ ਦੀਜੀ ਨੇ ਇਹ ਬਣਾਇਆ। ਵਾਹ ਬਾਈ, ਧੰਨਵਾਦ ਤੁਹਾਡਾ ਬਾਈ, ਓਏ ਵਾਹ ਬਾਈ, ਚੰਗਾ ਬਾਈ। ਇਹਨੂੰ ਕੀ ਮਿਲ ਗਿਆ ਬਾਈ? ਉਹੀ ਤਾਂ ਗੱਲ, ਉਹੀ ਧੰਨਵਾਦ ਕਰਕੇ ਜਾਣੀ ਨਾ। ਹਾਏ ਪਰਸੀਨੀ, ਹਾਏ ਬਾਬਾ ਸ਼ੁਕਰ ਹੈ ਤੇਰਾ। ਪਰਸੀਨੀ ਹੈ, ਪਰਸੀਨੀ ਹੈ, ਪਰਸੀਨੀ ਹੈ। ਜਾਗਰ, ਜਾਗਰ ਕਿੱਥੇ? ਲੈ ਪਰਸੀਨੀ, ਤੂੰ ਨੀ ਜਾਗਰ ਨੂੰ ਭੁੱਲ ਸਕਦੀ,
ਤੈਨੂੰ ਤਾਂ ਉਹਦੀ ਆਵਾਜ਼ ਵੀ ਹਰ ਪਾਸੇ ਸੁਣਦੀ ਆ, ਕੀ ਕਰਾਂ ਜਦ ਤੇਰਾ ਉਹਦੇ ਬਿਨਾਂ ਇੰਨਾ ਮੰਦਾ ਹਾਲ ਆ, ਤਾਂ ਇਹ ਸੋਚ ਵੀ ਜਾਗਰ ਦਾ ਕੀ ਹਾਲ ਹੁੰਦਾ ਹੋਊਗਾ ਤੇਰੇ ਬਿਨਾਂ। ਪਤਾ ਨਹੀਂ ਕੀ ਕਰਦਾ ਹੋਊ ਚੰਦਰਾ ਮੇਰੇ ਬਿਨਾਂ। ਪਰਸਨੀਆ ਜਾਗਰ, ਜਾਗਰ ਤੂੰ ਇੱਥੇ ਕਿਵੇਂ? ਜਾਗਰ ਤੂੰ ਠੀਕ ਆ? ਤੈਨੂੰ ਸੱਟ ਤਾਂ ਨਹੀਂ ਲੱਗੀ ਕਿਤੇ? ਨਾ ਠੀਕ ਆ। ਜਾਗਰ ਮੈਨੂੰ ਮਾਫ ਕਰ ਦੇ, ਮੇਰੇ ਕਰਕੇ ਤੈਨੂੰ ਕਿੰਨਾ ਕੁਝ ਸਹਿਣਾ ਪਿਆ। ਜਾਗਰ ਤੇਰੇ ਸੱਟ ਕਿੰਨੀ ਕੁ ਲੱਗੀ ਆ? ਹਾ ਨਾ ਪਰਸਨੀਆ ਸੱਟ ਲੱਗੀ ਨਹੀਂ, ਬਸ ਥੋੜੀ ਆ ਤਾਂ। ਹੋਰ ਕਿਤੇ ਤਾਂ ਨਹੀਂ ਲੱਗੀ ਜਾਗਰ ਤੈਨੂੰ ਸੱਟ? ਨਹੀਂ ਨਹੀਂ ਪਰਸਨੀਆ ਤੂੰ ਛੱਡ ਇਹਨੂੰ, ਤੈਨੂੰ ਘਰਦੇ ਨੇ ਮਾਰਿਆ ਕੁੱਟਿਆ ਤਾਂ ਨਹੀਂ ਹੈਗਾ? ਕੀ ਕਹਿੰਦੇ ਵਿਆਹ ਬਾਰੇ, ਮੰਨ ਲੈਣਗੇ ਘਰਦੇ ਆਪਣੇ? ਹੈ ਪਰਸਨੀਆ ਆਪਣਾ ਵਿਆਹ ਨਹੀਂ ਹੋ ਸਕਦਾ, ਮੇਰੇ ਬਾਪੂ ਨੂੰ ਵੀ ਇਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਈ। ਮੇਰਾ ਬਾਪੂ ਨਹੀਂ ਮੰਨਦਾ ਵਿਆਹ ਨੂੰ, ਨਾਲੇ ਮੇਰੇ ਨਾਲ ਘਰ ਵਿੱਚ ਕੋਈ ਵੀ ਨਹੀਂ ਬੋਲਦਾ ਹੈਗਾ। ਇਸ ਜਨਮ ਦੇ ਵਿੱਚ ਆਪਣਾ ਵਿਆਹ ਨਹੀਂ ਹੋ ਸਕਦਾ, ਤੂੰ ਮੈਨੂੰ ਭੁੱਲ ਜਾ। ਨਾ ਪਰਸਨੀਆ ਮੈਂ ਤੇਰੇ ਬਗੈਰ ਮਰ ਜੂੰਗਾ, ਮਸਲ ਤੂੰ ਮੈਨੂੰ ਮਿਲੀ ਐ, ਮੈਂ ਤੈਨੂੰ ਹੁਣ ਨਹੀਂ ਦੂਰ ਜਾਣ ਦਿੰਦਾ, ਚੱਲ ਮੈਂ ਤੇਰੇ ਬਗੈਰ ਮਰ ਜੂ ਨੀ। ਜਾਗਰਾ ਤੂੰ ਮੇਰੀ ਗੱਲ ਕਿਉਂ ਨਹੀਂ ਮੰਨਦਾ? ਆਪਣਾ ਵਿਆਹ ਨਹੀਂ ਹੋ ਸਕਦਾ ਤਾਂ ਨਹੀਂ ਹੋ ਸਕਦਾ, ਨਾਲੇ ਹੁਣ ਘਰ ਦੇ ਵਿੱਚ ਸਾਰੇ ਮੇਰੇ ਤੇ ਨਜ਼ਰ ਰੱਖਦੇ ਨੇ, ਤੂੰ ਜਾ ਇੱਥੋਂ ਹੁਣ। ਮੈਨੂੰ ਡਰ ਲੱਗਦਾ ਕਿਤੇ ਕੋਈ ਪਿੱਛੇ ਹੀ ਨਾ ਆ ਜਾਵੇ, ਨਵਾਂ ਹੀ ਪੰਗਾ ਖੜਾ ਹੋ ਜਾਣਾ ਈ। ਤੂੰ ਜਾ ਇਸ ਪਿੰਡ ਦੇ ਵਿੱਚ ਟਿੱਲਾ ਉਹ ਪਤਾ ਕਰ ਲਈ, ਮੈਂ ਸ਼ਾਮ ਨੂੰ ਤੈਨੂੰ ਉੱਥੇ ਹੀ ਮਿਲਦੀ ਆ। ਤੂੰ ਜਾ ਹੁਣ ਹਾੜੇ ਤੇਰੇ। ਚਲ ਚੰਗਾ ਪੱਕਾ ਜਾਵੇਂਗੀ? ਹਾਂ ਮੈਂ ਪੱਕਾ ਆਉਂਗੀ, ਤੂੰ ਜਾ। ਤੇਰੀ ਡੀਕ ਕਰੂੰਗਾ। ਤੂੰ ਜਾ ਇੱਥੋਂ, ਮੈਂ ਤੇਰੇ ਅੱਗੇ ਹੱਥ ਜੋੜਦੀ ਆ ਹੁਣ। ਪਰਸਨੀਆ ਥੋੜੇ ਦਿਨ ਹੋਰ ਆ, ਆਪਾਂ ਸਾਰਾ ਕੁਝ ਛੱਡ ਕੇ ਆਪਾਂ ਇੱਥੇ ਭੱਗ ਜਾਾਂਗੇ। ਠੀਕ ਠੀਕ ਆ, ਤੂੰ ਜਾ ਹੁਣ ਇੱਥੋਂ। ਚਲ ਚੰਗਾ, ਤੂੰ ਜਾ ਜਾਗਰਾ ਇੱਥੋਂ ਜਾ। ਨੀ ਬੰਤੋ ਮੈਨੂੰ ਐ ਦੱਸ, ਮੈਂ ਕਿਵੇਂ ਦੀ ਲੱਗਦੀ ਪਈ ਆ? ਸੋਹਣੇ ਤਾਂ ਤੂੰ ਬਥੇਰੇ ਲੱਗ ਰਹੇ, ਪਰ ਐ ਦੱਸ ਤੂੰ ਕਿੱਥੇ ਚੱਲੀ ਆ? ਮੈਂ ਚੱਲੀ ਆ ਜਾਗਰ ਨੂੰ ਮਿਲਣ, ਤੇ ਜੇ ਤੈਨੂੰ ਕੋਈ ਪੁੱਛੇ ਨਾ ਪਰਸਿੰਨੀ ਕਿੱਥੇ ਗਈ ਆ, ਤੂੰ ਕਿਸੇ ਨੂੰ ਦੱਸੀ ਕੋਈ ਨਾ, ਕਿਤੇ ਮੇਰੀਆਂ ਲੱਤਾਂ ਤੜਵਾ ਦੇਵੇ। ਤੂੰ ਨਾ ਜਾ, ਤੈਨੂੰ ਬਹੁਤ ਕੁੱਟ ਪਊਗੀ, ਗਾਲਾਂ ਪੈਣਗੀਆਂ। ਨਾ ਜਾ। ਨਾ ਨਾ ਕੁਛ ਨੀ ਹੁੰਦਾ, ਬਸ ਤੂੰ ਆਪਣਾ ਮੂੰਹ ਬੰਦ ਰੱਖੀ, ਕਿਸੇ ਨੂੰ ਬੋਲਣਾ ਨੀ ਹੈਗਾ ਤੈਂ ਕੁਛ ਵੀ। ਠੀਕ ਆ ਨਾ, ਸਮਝ ਗਈ? ਚੰਗਾ ਫਿਰ, ਠੀਕ ਆ, ਛੇਤੀ ਆ ਜੀ, ਬਾਪੂ ਹੋਰ ਵੀ ਆਉਣ ਵਾਲੇ ਨੇ। ਮੈਂ ਐ ਗਈ ਤੇ ਐ ਆਈ, ਬਸ ਤੂੰ ਆਪਣਾ ਮੂੰਹ ਬੰਦ ਰੱਖੀ। ਪਰਸਨੀਆ ਤੂੰ ਮੈਨੂੰ ਲੱਭਿਆ ਕਿਵੇਂ ਇਸ ਪਿੰਡ ਵਿੱਚ?
ਤੈਨੂੰ ਪਤਾ ਕਿਵੇਂ ਲੱਗਿਆ ਕਿ ਮੈਂ ਇੱਥੇ ਆ? ਪਰਸੀਨੀਆ ਘੱਟੋ ਘੱਟ ਮੈਂ 10 ਪਿੰਡ ਗਾਤੇ, ਮਸਾਂ ਮਿਲੀਆਂ ਪਰਸੀਨੀਆਂ, ਮੈਂ ਠੋਕਣਾ ਖਾ ਖਾ ਕੇ ਦਿਨ ਰਾਤ ਬੋਲਿਆ ਵਾਂਗੂ ਫਿਰੀ ਗਿਆ, ਮਸਾਂ ਲੱਭੀਆਂ ਪਰਸੀਨੀਆਂ, ਤੂੰ ਮੈਨੂੰ ਆ ਕੇ ਇੱਥੇ, ਮੈਂ ਤੈਨੂੰ ਹੁਣ ਦੂਰ ਨਹੀਂ ਹੋਣ ਦਿੰਦਾ ਪਰਸੀਨੀਏ। ਜਾਗਰਾ ਦੂਰ ਨਹੀਂ, ਆਪਾਂ ਕਦੇ ਇੱਕ ਵੀ ਨਹੀਂ ਹੋ ਸਕਦੇ, ਆਪਣਾ ਵਿਆਹ ਨਹੀਂ ਜੇ ਕਦੇ ਹੋ ਸਕਦਾ, ਆਪਾਂ ਇੱਦਾਂ ਹੀ ਕਦੇ ਕਦੇ ਲੁੱਕ ਛੁੱਪ ਕੇ ਮਿਲਦੇ ਰਹਾਂਗੇ, ਠੀਕ ਆ? ਤੂੰ ਬਹੁਤੀ ਜਿੱਦ ਨਾ ਕਰੀ ਮੇਰੇ ਨਾਲ। ਪਰਸੀਨੀਏ ਮੈਂ ਤੈਨੂੰ ਐਂ ਮਿਲਣ ਵਾਸਤੇ ਨਹੀਂ ਕਹਿੰਦਾ, ਐਂ ਤਾਂ ਆਪਣੀ ਹੋਰ ਵੀ ਬਦਨਾਮੀ ਹੋਊਗੀ, ਮੈਂ ਤਾਂ ਤੇਰੇ ਨਾਲ ਘਰ ਵਸਾਉਣ ਨੂੰ ਕਹਿਣਾ, ਤੇਰੇ ਨਾਲ ਵਿਆਹ ਕਰਾਉਣ ਨੂੰ ਕਹਿਣਾ, ਤੂੰ ਮੰਨਦੀ ਗੱਲ ਤੂੰ ਨਹੀਂ ਹੈਗੀ ਪਰਸੀਨੀਏ, ਮੈਂ ਤੇਰੇ ਘਰਦਿਆਂ ਨਾਲ ਜਾ ਕੇ ਗੱਲ ਕਰਕੇ ਉਹ ਤੇਰੇ ਬਾਪੂ ਨਾਲ, ਹਲੇ ਗੱਲ ਨੂੰ ਟਿਕ ਜਾਣ ਦੇ। ਚੱਲ ਠੀਕ ਆ ਜਾਗਰਾ, ਜਿਵੇਂ ਤੈਨੂੰ ਠੀਕ ਲੱਗੂਗਾ ਤੂੰ ਕਰ ਲਈ, ਪਰ ਹੁਣ ਮੈਨੂੰ ਆਈ ਨੂੰ ਬਾਬਾ ਹੀ ਟਾਈਮ ਹੋ ਗਿਆ, ਮੈਨੂੰ ਘਰ ਨੂੰ ਜਾਣ ਦੇ, ਮੈਂ ਉਹ ਕੁੜੀ ਨੂੰ ਕਹਿ ਕੇ ਆਈ ਸੀ ਕਿਤੇ ਦੱਸ ਹੀ ਨਾ ਦੇਵੇ ਕਿਸੇ ਨੂੰ। ਪਰਸੀਨੀਏ ਬਹਿ ਜਾ, ਥੋੜਾ ਟਾਈਮ ਹੋ ਰਿਹਾ, ਦੂਰ ਜਾਣ ਨੂੰ ਕੋਈ ਜੀ ਤਾਂ ਕੋਈ ਨਹੀਂ ਕਰਦਾ ਮੇਰਾ। ਜਾਗਰਾ ਮੇਰਾ ਵੀ ਜੀ ਨਹੀਂ ਕਰਦਾ ਦੂਰ ਜਾਣ ਨੂੰ, ਪਰ ਕੀ ਕਰਾਂ, ਜਾਣਾ ਤਾਂ ਪੈਣਾ ਹੀ ਆ ਨਾ, ਤੈਨੂੰ ਪਤਾ, ਨਹੀਂ ਫੇਰ ਮੇਰੇ ਪਿੱਛੇ ਪੈ ਜਾਣੇ ਸਾਰਿਆਂ ਨੇ। ਨਾ ਨਾ ਪਰਸੀਨੀਏ ਬਹਿ ਜਾ, ਦੇਖੀ ਮੇਰਾ ਨਹੀਂ ਦਿਲ ਕਰਦਾ ਜਾਣ ਨੂੰ। ਜਾਗਰਾ ਮੈਨੂੰ ਜਾਣ ਦੇ ਹੁਣ, ਸਮਝਿਆ ਕਰ, ਤੂੰ ਮੰਨਦੀ ਕਾਹਤੋਂ ਨਹੀਂ ਹੈਗੀ ਪਰਸੀਨੀਏ। ਜਾਗਰਾ ਮੈਨੂੰ ਜਾਣ ਦੇ ਹੁਣ, ਬਾਪੂ ਹੁਣੀ ਆ ਜਾਣੇ। ਨਾ ਪਰਸੀਨੀਏ ਮੈਂ ਨਹੀਂ ਤੈਨੂੰ ਜਾਣ ਦਿੰਦਾ, ਬਸ ਮੈਂ ਤੈਨੂੰ ਉਹਦੇ ਲਵੇ ਰੱਖੂੰਗਾ। ਜਾਗਰਾ ਮੇਰਾ ਵੀ ਤਾਂ ਜੀ ਕਰਦਾ ਨਾ ਮੈਂ ਤੇਰੇ ਕੋਲ ਹੀ ਰਹਾ, ਪਰ ਕੀ ਕਰਾਂ, ਮਜਬੂਰੀ ਆਪਣੀ ਦੋਨਾਂ ਦੀ। ਬਸ ਫਿਰ ਤੂੰ ਇੱਥੇ ਬੈਠੀ ਰਹਿ, ਮੈਨੂੰ ਨਹੀਂ ਪਤਾ ਕਹਿੰਦੇ, ਕੋਈ ਮਰਜ਼ੀ ਆ ਜਾਏ ਆਪਾਂ ਨੂੰ ਜਾਣ ਦਿੰਦਾ ਮੈਂ ਤੈਨੂੰ। ਕੱਲ ਨੂੰ ਪਰਸੀਨੀਆ ਇੱਥੇ ਆਉਂਗਾ ਮੈਂ, ਇੱਥੇ ਆ ਜੀ। ਹਾਂ ਮੈਂ ਇੱਥੇ ਹੀ ਆਉਂਗੀ ਕੱਲ ਨੂੰ, ਠੀਕ ਹੈ? ਚੱਲ ਠੀਕ ਆ ਜਾਗਰਾ, ਚੱਲਦੀ ਆ ਫਿਰ ਮੈਂ। ਮੈਂ ਧਿਆਨ ਨਾਲ ਜਾਈ, ਠੀਕ ਆ? ਤੇ ਹੁਣ ਖੜਾ ਹੋ ਕੇ ਤਾਂ ਮੈਨੂੰ ਮਿਲ ਲੈ ਕਿ ਬੈਠਾ ਹੀ ਰਹੇਗਾ। ਚੱਲ ਚੰਗਾ ਪਰਸੀਨੀਆ। ਚੰਗਾ, ਤੇ ਤੂੰ ਵੀ ਆਪਣਾ ਧਿਆਨ ਰੱਖੀ ਫਿਰ। ਬਸ ਠੀਕ ਹੈ, ਕੱਲ ਨੂੰ ਮੈਂ ਤੈਨੂੰ ਇੱਥੇ ਹੀ ਮਿਲੂੰਗੀ, ਇੱਥੇ ਹੀ ਮੇਰੀ ਡੀਕ ਕਰੀ। ਅੱਜ ਇਹਦੇ ਛਾਂਗਣੇ ਆ ਗਿੱਟੇ, ਚੱਲ ਨਾਲੇ ਇਹਦੇ ਪਿਓ ਨੂੰ ਚਾਨਣ ਹੋ ਜਾਏਗਾ। ਆ ਜਾ ਆ ਜਾ। ਇਹ ਸਾਲੇ ਦਾਰੂ ਪੀ ਕਿੱਧਰ ਨੂੰ ਚੱਲ ਪਏ ਆ? ਪਰਸੀਨੀਏ ਪਰਸੀਨੀਏ, ਮੈਨੂੰ ਪਰਸੀਨੀ ਵੀ ਨੀ ਘਰੇ ਦੀਦੀ, ਕਿਤੇ ਹੋਰ ਨਾ ਕੋਈ ਚੰਨ ਚਾੜ ਦੇਣਾ, ਮੈਨੂੰ ਲੱਗਦਾ ਇਹਨਾਂ ਦੇ ਪਿੱਛੇ ਜਾ ਕੇ ਵੇਖਣਾ ਪਏਗਾ ਕੀ ਕਰਨ ਜਾਂਦੇ ਆ। ਚੱਲ ਮੈਂ ਵੀ ਜਾਂਦਾ ਗਾ ਇਹਦੇ ਨਾਲ। ਲੈ ਜਾਗਰਾ ਘਰੇ ਚੱਲਦੇ ਆਪਾਂ ਵੀ। ਆ ਕੀ ਕਰ ਗਿਆ? ਆਹਾ ਝੁੰਕਾ, ਇਹ ਤਾਂ ਪਰਸੀਨੀ ਦਾ ਰਹਿ ਗਿਆ। ਜਾਗਰਾ ਉਰੀ ਗਈ ਹੋਣੀ, ਇਹਦਾ ਫੜਾ ਕੇ ਆਉਣਾ ਪਊਗਾ ਕਦੇ ਘਰ ਦੇ ਉਹਨਾਂ ਨੂੰ ਗਾਲਾਂ ਦੇਣਾ ਉਹਦੇ। ਜਾਗਰਾ ਉਰੀ ਗਈ ਹੋਣੀ ਵਾਲੇ।
ਕਿੱਥੋਂ ਆ ਗਏ ਜੇ? ਆ ਗਈ ਏ ਮੂੰਹ ਕਾਲਾ ਕਰਾ ਕੇ। ਜ਼ਬਾਨ ਸੰਭਾਲ ਕੇ ਗੱਲ ਕਰ ਮੇਰੇ ਨਾਲ ਮਿੱਠੂ, ਇਹਨੂੰ ਆਖਦੇ ਜੇ ਮੇਰਾ ਰਾਸਤਾ ਛੱਡ ਦੇਵੇ। ਤੂੰ ਜਾਗਰ ਨੂੰ ਮਿਲ ਕੇ ਆਈ ਏ, ਮੈਂ ਸਾਰਾ ਕੁਝ ਆਪਣੇ ਅੱਖੀ ਦੇਖਿਆ। ਮੇਰੀ ਜ਼ਿੰਦਗੀ ਏ, ਮੈਂ ਜੋ ਮਰਜ਼ੀ ਕਰਾਂ। ਤੁਸੀਂ ਕੌਣ ਹੁੰਦੇ ਜੇ ਮੈਨੂੰ ਕਹਿਣ ਵਾਲੇ? ਮੈਂ ਤੈਨੂੰ ਦੱਸਣਾ ਅਸੀਂ ਕੌਣ ਹੁੰਨੇ ਆ। ਛੱਡ ਮੇਰੀ ਬਾਹ, ਛੱਡ। ਅੱਜ ਤੇਰਾ ਭਾਈ ਨਾ ਇੱਥੇ ਤੇਰਾ ਭਾਈ ਜੱਗਾ ਤੇ ਨਾ ਤੇਰਾ ਯਾਰ ਜਾਗਰ, ਅੱਜ ਕੌਣ ਬਚਾਏਗਾ ਤੈਨੂੰ ਕੁੰਡੇ ਦੇ ਕਹਿਰ ਤੋਂ? ਛੱਡ ਮੈਨੂੰ, ਛੱਡ ਮੈਨੂੰ। ਉਹ ਫੜ ਲੈ ਉਹ ਮਿੱਠੂ, ਇਹਨੂੰ ਜਾਨ ਨਾ ਦੇ ਇਹਨੂੰ। ਮੈਨੂੰ ਲੱਗਦਾ ਪਹਿਲਾਂ ਤੇਰੇ ਚ ਕੋਈ ਛਿੱਤਰਾਂ ਦੀ ਘਾਟ ਰਹਿ ਗਈ ਜਿਹੜਾ ਤੂੰ ਅੱਜ ਫੇਰ ਆ ਗਿਆ। ਫੜ ਲੈ ਉਹ ਮਿੱਠੂ ਇਹਨੂੰ। ਛੱਡ ਦੇ ਜਾਗਰ ਨੂੰ। ਪ੍ਰਸਿੰਨੀ ਜੋ ਕੁਝ ਬੋਲ ਰਹੀ ਹੈ ਕੀ ਸੱਚ ਬੋਲ ਰਹੀ ਹੈ? ਤੁਸੀਂ ਡੁੰਡ ਮਟੇ ਬਣ ਕੇ ਕਿਉਂ ਖੜੇ ਹੋ? ਬੋਲੋ ਕੁਛ। ਜੱਗੇ ਬਾਈ ਸਾਨੂੰ ਮਾਫ ਕਰ ਦੇ, ਸਾਡੇ ਤੋਂ ਦਾਰੂ ਪੀਤੀ ਚ ਗਲਤੀ ਹੋ ਗਈ। ਲੱਤਾਂ ਵੱਢ ਦੇਣੀ ਮੈਂ ਸਰਦਾਰਾ, ਮੈਨੂੰ ਮਾਫ ਕਰ ਦੇ ਸਰਦਾਰਾ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੈਨੂੰ ਐਵੇਂ ਸੀ ਕਿ ਸਾਰੇ ਲੋਕ ਇੱਕ ਨਾਲ ਦੇ ਹੀ ਹੁੰਦੇ ਆ, ਪਰ ਉਹ ਰੱਬ ਵੀ ਕਿਤੇ ਨਾ ਕਿਤੇ ਤੇ ਵੱਸਦੀ ਏ। ਤੂੰ ਪਰਾਇਆ ਹੋ ਕੇ ਵੀ ਸਾਡੀ ਇੱਜ਼ਤ ਬਚਾਈ ਹੈ। ਮੈਨੂੰ ਪਤਾ ਲੱਗ ਗਿਆ ਸਰਦਾਰਾ ਕਿ ਪ੍ਰਸਿੰਨੀ ਨੂੰ ਤੇਥੋਂ ਵੱਧ ਕੇ ਕੋਈ ਖੁਸ਼ ਨਹੀਂ ਰੱਖ ਸਕਦਾ। ਤੁਸੀਂ ਦੋ ਇੱਕ ਦੂਸਰੇ ਵਾਸਤੇ ਹੀ ਬਣੇ ਹੋ। ਮੈਨੂੰ ਮਾਫ ਕਰ ਦੇ ਸਰਦਾਰਾ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਉਹ ਖੜਾ ਹੋ, ਖੜਾ ਹੋ ਬਾਈ। ਸੋਨੂੰ ਬਾਈ ਮੈਂ ਤਾਂ ਸਮਝਾਉਂਦਾ ਸੀ, ਸੋਨੇ ਮੇਰੀ ਗੱਲ ਸੁਣੀ ਕੋਈ ਨੀ ਕਿ ਅਸੀਂ ਵਿਆਹ ਕਰਾਉਣ ਨੂੰ ਕਹਿ ਰਹੇ ਹਾਂ। ਉਹ ਜਾਤਾਂ ਪਾਤਾਂ ਕੁਛ ਨੀ ਹੁੰਦੀਆਂ, ਇਹ ਤਾਂ ਬੰਦੇ ਦੀ ਸੋਚ ਹੁੰਦੀ ਹੈ। ਓਏ ਪ੍ਰਸਿੰਨੀ ਨਾਲ ਮੈਂ ਵਿਆਹ ਕਰਾਉਣ ਨੂੰ ਕਹਿਣਾ, ਹੁਣ ਇਹ ਮੇਰੀ ਇੱਜ਼ਤ ਹੋ ਗਈ ਬਾਈ। ਬਸ ਸਰਦਾਰਾ, ਮੈਨੂੰ ਹੋਰ ਬਸ਼ਰਮੀ ਨਾ ਦੇ, ਅੱਜ ਤੂੰ ਮੇਰੀਆਂ ਅੱਖਾਂ ਖੋਲਤੀਆਂ। ਪ੍ਰਸਿੰਨੀ, ਮੈਂ ਤੇਰਾ ਸਗਾ ਭਰਾ ਤੇ ਕੋਈ ਨੀ, ਪਰ ਅੱਜ ਮੈਂ ਸਗੇ ਭਰਾ ਦਾ ਹੱਕ ਜ਼ਰੂਰ ਅਦਾ ਕਰੂੰ। ਤੁਸੀਂ ਦੋਵੇਂ ਇੱਕ ਦੂਜੇ ਵਾਸਤੇ ਹੀ ਬਣੇ ਹੋ। ਤੇ ਸਰਦਾਰਾ, ਪ੍ਰਸਿੰਨੀ ਨੂੰ ਲੈ ਕੇ ਕਿਤੇ ਦੂਰ ਚਲਾ ਜਾ, ਜਿੱਥੇ ਬੁਰਾ ਜ਼ਮਾਨਾ ਤੁਹਾਨੂੰ ਕਦੇ ਨਾ ਦੇਖੇ, ਤੇ ਇੱਕ ਦੂਜੇ ਨਾਲ ਰਾਜੀ ਖੁਸ਼ੀ ਬਸੋ। ਉਹ ਤੇ ਠੀਕ ਹੈ ਜੱਗਿਆ, ਪਰ ਬਾਪੂ ਨੂੰ ਕੌਣ ਸਮਝਾਵੇਗਾ? ਕਿਤੇ ਉਹ ਇਹ ਗੱਲ ਸੁਣ ਕੇ ਆਪਣੇ ਆਪ ਨਾਲ ਕੁਝ ਕਰ ਹੀ ਨਾ ਲਵੇ। ਤੂੰ ਪ੍ਰਸਿੰਨੀ ਇਹ ਗੱਲ ਦੀ ਸੋਚ ਕੋਨਾ ਕਰ, ਤੂੰ ਬਸ ਚਲੀ ਜਾ। ਜਾ ਸਰਦਾਰਾ, ਪ੍ਰਸਿੰਨੀ ਨੂੰ ਲੈ ਕੇ ਕਿਤੇ ਦੂਰ ਚਲਾ ਜਾ, ਬਾਪੂ ਨੂੰ ਮੈਂ ਆਪੇ ਸਮਝਾ ਲਾਂਗਾ। ਇਹ ਗੱਲ ਦੀ ਤੂੰ ਜਮਾਂ ਸੋਚ ਨਾ ਕਰੀ, ਜੇ ਮੈਂ ਤੇਰਾ ਸਗਾ ਭਰਾ ਨਹੀਂ ਹੋਇਆ ਤਾਂ ਕੀ ਹੋਇਆ, ਪਰ ਤੈਨੂੰ ਆਪਦੀਆਂ ਭੈਣਾਂ ਤੋਂ ਵੱਧ ਸਮਝਦਾ। ਤੂੰ ਇਹ ਗੱਲ ਦੀ ਕਦੇ ਸੋਚ ਨਾ ਕਰੀ। ਜਾ ਸਰਦਾਰਾ, ਪ੍ਰਸਿੰਨੀ ਨੂੰ ਲੈ ਕੇ ਦੂਰ ਚਲਾ ਜਾ, ਪਰ ਕਦੇ ਪਿੱਛੇ ਮੁੜ ਕੇ ਨਾ ਵੇਖੀ ਪ੍ਰਸਿੰਨੀ। ਜਾ, ਜਿਉਂਦੇ ਵੱਸਦੇ ਰਹੋ।